ਬਚਨ ਪਤਾਲਪੁਰੀ ਜਹ ਕਰਿਓ। ਸਾਧ ਸੰਗਤ ਜੀ, ਜਿੱਥੇ ਮਹਾਰਾਜ ਬਚਨ ਕੀਤਾ ਸੀ ਇਹ ਪਤਾਲਪੁਰੀ ਹੈ। ਬਾਬੇ ਗੁਰਦਿੱਤੇ ਸਾਹਿਬ ਜੀ ਦੇ ਦਿਓਰੇ ਦੇ ਲਾਗੇ ਗੁਰਦੁਆਰਾ ਤੀਰ ਸਾਹਿਬ, ਪਹਾੜ ਦੀ ਚੜ੍ਹਾਈ ਚੜ੍ਹਦਿਆਂ ਹੋਇਆਂ ਪੌੜੀਆਂ ਵਾਲੇ ਪਾਸਿਓਂ ਉਹ ਗੁਰਦੁਆਰਾ ਆਉਂਦਾ ਹੈ। ਉੱਥੋਂ ਤੀਰ ਮਾਰਿਆ, ਪਤਾਲਪੁਰੀ ਪ੍ਰਗਟ ਕੀਤੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਪਤਾਲਪੁਰੀ ਹੈ, ਉੱਥੇ ਤੀਰ ਮਾਰਿਆ ਸੀ। ਮਾਰਿਆ ਬਾਬੇ ਦੇਹਰੇ ਦੇ ਗੁਰਦਿੱਤੇ ਦੇ ਪਹਾੜ ਤੋਂ ਸੀਗਾ। ਅਤੇ ਜਦੋਂ ਮਹਾਰਾਜ ਨੇ ਤੀਰ ਮਾਰ ਕੇ ਉਹ ਪਤਾਲਪੁਰੀ ਪ੍ਰਗਟ ਕੀਤੀ ਸੀ, ਬਚਨ ਕੀਤਾ ਸੀ, ਇੱਥੇ ਕੋਠਾ ਬਣਾਓ, ਚਾਰ ਕੋਨਿਆਂ ਵਾਲਾ ਸੁੰਦਰ ਕੋਠਾ ਤਿਆਰ ਕੀਤਾ ਸੀ। ਹਾਂਜੀ, ਕੋਠਾ ਸੁੰਦਰ ਤਹਾਂ ਸੁਧਰਿਆ, ਬੜਾ ਸੁੰਦਰ ਕੋਠਾ ਸਿੱਖਾਂ ਨੇ ਆਗਿਆ ਦੇ ਮੁਤਾਬਕ ਬਣਾ ਦਿੱਤਾ ਸੀ। ਚੰਦਨ ਸੰਗ ਲੀਪ ਕੋਠਾ, ਉਸ ਕੋਠੇ ਦੀਆਂ ਕੰਧਾਂ ਨੂੰ ਚੰਦਨ ਦਾ ਲੇਪ ਕੀਤਾ ਸੀ, ਬੜੀ ਸੁਗੰਧੀ ਵਾਲੇ ਕੇਸਰ ਚੰਦਨ ਰਗੜ ਕੇ ਨਾ, ਤੇ ਉਹ ਕੰਧਾਂ ਦੇ ਉੱਤੇ ਲੇਪ ਕੀਤਾ ਸੀ। ਹਾਂਜੀ, ਸਗਲ ਗੰਧ ਤੇ ਬਹੁਤ ਚਰਚਾਨਾ, ਜਿੰਨੀਆਂ ਵੀ ਸੁਗੰਧੀ ਵਾਲੀਆਂ ਚੀਜ਼ਾਂ, ਚੰਦਨ ਹੈ, ਕੇਸਰ ਹੈ, ਕਸਤੂਰੀ ਹੈ, ਗੁਰੂ ਕੇ ਪਿਆਰ ਵਾਲਿਆਂ ਨੇ ਉਸ ਕੋਠੇ ਦੇ ਆਲੇ ਦੁਆਲੇ ਕੰਧਾਂ ਨੂੰ ਅੰਦਰੋਂ ਬਾਹਰੋਂ ਲਿਪ ਦਿੱਤਾ ਸੀਗਾ। ਹਾਂਜੀ, ਕੁੰਕਮ ਅਰਕਨ ਸਾਰ ਮਿਲਾਏ, ਕੇਸਰ ਤੇ ਚੰਦਨ ਮਿਲਾ ਕੇ ਸਗਰੀ ਕੰਧਨ ਕੋ ਮਹਿਕਾ, ਕੰਧਾਂ ਨੂੰ ਮਹਿਕਾ ਦਿੱਤਾ ਸੀ। ਵਧੀਆ ਵਧੀਆ ਸੁਗੰਧੀ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਮਿਕਸ ਕਰਕੇ ਉਹਨਾਂ ਦਾ ਲੇਪ ਤਿਆਰ ਕੀਤਾ ਸੀ। ਸਾਧ ਸੰਗਤ ਜੀ, ਗੁਰੂ ਦੇ ਪਿਆਰ ਵਾਲੇ ਸਿੱਖ ਗੁਰੂ ਤੋਂ ਜਾਨਾਂ ਵਾਰ ਦਿੰਦੇ ਸੀ, ਇਹ ਤਾਂ ਚੀਜ਼ਾਂ ਹੀ ਕੁਛ ਨਹੀਂ ਗੁਰੂ ਦੇ ਪਿਆਰ ਵਿੱਚ। ਵਧੀਆ ਵਧੀਆ ਪਦਾਰਥ ਲਿਆ ਕੇ, ਉਹ ਜਿਹੜਾ ਕੋਠਾ ਸੀ ਨਾ, ਕਮਰਾ ਸੀਗਾ, ਉਹਦੇ ਵਿੱਚੋਂ ਮਹਿਕਾਂ ਆਉਂਦੀਆਂ ਸਨ, ਖੁਸ਼ਬੂ ਆਉਂਦੀ ਸੀ, ਬੜੇ ਬੜੇ ਗੁਲਾਬ ਦੇ ਤੇ ਹੋਰ ਸੋਹਣੇ ਸੋਹਣੇ ਫੁੱਲਾਂ ਦੀਆਂ ਮਾਲਾ ਉਹਦੇ ਵਿੱਚ ਲਟਕਾਈਆਂ ਗਈਆਂ ਸਨ। ਚਾਰੇ ਪਾਸੇ ਫੁੱਲਾਂ ਨੂੰ, ਕੋਠੇ ਨੂੰ ਬਾਹਰੋਂ ਵੀ ਅੰਦਰੋਂ ਵੀ ਫੁੱਲਾਂ ਦੀਆਂ ਮਾਲਾ ਲਟਕਾ ਲਟਕਾ ਕੇ ਸ਼ਿੰਗਾਰਿਆ ਸੀਗਾ। ਕੋਠੇ ਨੂੰ ਬੜਾ ਪਵਿੱਤਰ, ਬੜਾ ਸੁੱਚਾ ਬਣਾਇਆ ਸੀ, ਸੁੰਦਰ ਬਣਾਇਆ ਸੀ। ਫਿਰ ਅੰਦਰ ਕੁਸ਼ਾ ਆਸਣ ਡਾਇਆ ਸੀ, ਬੜਾ ਕੋਮਲ ਜਿਹਾ ਵਿਛਾਉਣਾ ਵਿਛਾ ਕੇ, ਤੇ ਬਹੁਤ ਸਾਰੇ ਘਿਓ ਦੇ ਦੀਵੇ ਵਿੱਚ ਬਾਲ ਦਿੱਤੇ ਸਨ। ਇੰਨਾ ਘਿਓ ਪਾਤਾ ਸੀ ਵੀ ਲਗਭਗ ਹਫ਼ਤਾ ਖੰਡ ਮਾਰੇ ਦਾ ਹੁਕਮ ਸੀ ਵੀ ਦੀਵਾ ਬੁਝਣਾ ਨਹੀਂ ਚਾਹੀਦਾ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ, ਉਹ ਕਮਰਾ ਤਿਆਰ ਹੋ ਗਿਆ ਸੀਗਾ। ਜਦੋਂ ਕਮਰਾ ਤਿਆਰ ਹੋ ਗਿਆ, ਇੱਧਰੋਂ ਮਹਾਰਾਜ ਸੰਗਤ ਨੂੰ ਉਪਦੇਸ਼ ਦੇ ਕੇ, ਕਿਰਪਾ ਦ੍ਰਿਸ਼ਟ ਤੁਮ ਜਿਸ ਪਰ ਡਾਰੀ, ਸਾਰੀ ਸੰਗਤ ਵੱਲ ਕਿਰਪਾ ਦ੍ਰਿਸ਼ਟੀ ਨੂੰ ਦੇਖਿਆ, ਜਿਨ੍ਹਾਂ ਜਿਨ੍ਹਾਂ ਦੀ ਨਿਗਾਹ ਪੈ ਗਈ ਤਰ ਗਏ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਸਿੱਖਾਂ ਦੇ ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ ਦੁੱਖੜੇ ਕੱਟ ਦਿੱਤੇ। ਫਿਰ ਸਾਰੇ ਪਰਿਵਾਰ ਨੂੰ ਦਿਲਾਸਾ ਦੇ ਕੇ, ਹੌਸਲਾ ਦੇ ਕੇ, ਬਾਰ ਬਾਰ ਕਿਹਾ, ਭਾਈ ਸ਼ੋਕ ਨਹੀਂ ਕਰਨਾ, ਕਿਸੇ ਦੀ ਅੱਖਾਂ 'ਚ ਹੰਝੂ ਨਹੀਂ ਆਉਣੇ ਚਾਹੀਦੇ, ਕੋਈ ਰੋਣਾ ਨਹੀਂ ਚਾਹੀਦਾ। ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ, ਜਿਹੜਾ ਮੇਰੇ ਪਿੱਛੋਂ ਰੋਏਗਾ ਮੈਨੂੰ ਚੰਗਾ ਨਹੀਂ ਲੱਗੇਗਾ। ਚਾਰੇ ਪਾਸਿਓਂ ਗੁਰੂ ਕੇ ਸਿੱਖ ਇੱਦਾਂ ਸਿਰ ਝੁਕਾ ਰਹੇ ਸਨ, ਆਪਣੇ ਅੱਖਾਂ ਦੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਅੱਖਾਂ ਦੇ ਹੰਝੂ ਰੁਕਣ ਵਿੱਚ ਆਉਂਦੇ ਨਹੀਂ ਸਨ। ਫਿਰ ਮਹਾਰਾਜ ਸਾਰੀ ਸੰਗਤ ਸਮੇਤ ਪਹੁੰਚੇ ਪਤਾਲਪੁਰੀ ਸਾਹਿਬ, ਅਤੇ ਉਸ ਕੋਠੇ ਦੇ ਵਿੱਚ ਜਿਹੜਾ ਬਹੁਤ ਹੀ ਸੁੰਦਰ ਸਿੱਖਾਂ ਨੇ ਚੰਦਨ ਦੀ ਕੇਸਰ ਦੀ ਲੇਪ ਕਰਕੇ ਬਣਾਇਆ ਸੀ, ਸਤਿਗੁਰੂ ਉਸ ਕਮਰੇ 'ਚ ਵੜੇ ਹਨ। ਭਾਈ ਜੋਧ ਸਾਹਿਬ, ਭਾਈ ਭਾਨਾ ਜੀ ਕੋਲ ਸਨ। ਭਾਈ ਜੋਧ ਸ਼ਾਹ ਤੇ ਭਾਈ ਭਾਨੇ ਨੂੰ ਹੁਕਮ ਕੀਤਾ, ਸਪਤ ਦਿਵਸ ਮਹਿ ਸ਼੍ਰੀ ਹਰਿ ਰਾਇ, ਅੱਜ ਤੋਂ ਸੱਤਵੇਂ ਦਿਨ, ਅੱਜ ਤੋਂ
ਸੱਤਵੇਂ ਦਿਨ ਸਵੇਰੇ ਅੰਮ੍ਰਿਤ ਵੇਲੇ 4 ਵਜੇ ਸ੍ਰੀ ਹਰਿ ਰਾਏ ਸਾਹਿਬ ਜੀ ਇਸ ਕਮਰੇ ਦਾ ਬੂਹਾ ਖੋਲਣ ਆ ਕੇ 7 ਦਿਨ ਕਿਸੇ ਨੇ ਕੋਠੇ ਦੇ ਨੇੜੇ ਨਹੀਂ ਆਉਣਾ, ਕੋਠੇ ਨੂੰ ਕਮਰੇ ਨੂੰ ਹੱਥ ਨਹੀਂ ਲਾਉਣਾ। 7ਵੇਂ ਦਿਨ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਹਰਿ ਰਾਏ ਸਾਹਿਬ ਜੀ ਆਉਣਗੇ। ਹਾਂਜੀ, ਤਬਲੋ ਨਹ ਸਮੀਪ ਕੋ ਆਵੇ, ਉਹਨਾਂ ਚਿਰ ਕੋਈ ਨੇੜੇ ਨਾ ਆਵੇ, ਜੋਧਾ ਗਨ ਚਾਹੁੰਦੇ ਸਥਿਰ ਥਾਵੇ, ਜੋਧੇ ਸੂਰਮੇ ਜੋਧੇ ਲਗਾਤਾਰ ਆਲੇ ਦੁਆਲੇ ਵਾਰੀ ਵਾਰੀ ਪਹਿਰਾ ਦੇਣਗੇ। ਕੋਠੇ ਦੇ ਆਲੇ ਦੁਆਲੇ ਗੁਰੂ ਕੇ ਸਿੱਖ ਸੂਰਮੇ ਪਹਿਰਾ ਦੇਣਗੇ। ਅਸੀਂ ਇਸ ਕੋਠੇ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਬੜੀ ਤਕੜਾਈ ਰੱਖਣੀ ਹੈ, ਕੋਈ ਦਰਵਾਜ਼ਾ ਨਾ ਖੜਕਾਵੇ, ਕੋਈ ਰੌਲਾ ਨਾ ਪਾਵੇ। ਜਿੰਨੇ ਸਿੰਘ ਪਹਿਰਾ ਦੇਣਗੇ ਉਹ ਵੀ ਮੂਲ ਮੰਤਰ ਦਾ ਜਾਪ ਜਾਂ ਗੁਰਮੰਤਰ ਦਾ ਜਾਪ ਕਰਦੇ ਰਹਿਣ, ਬਾਣੀ ਪੜ੍ਹਦੇ ਰਹਿਣ, ਪਰ ਕੋਈ ਗੱਲਬਾਤ ਆਪਸ 'ਚ ਨਹੀਂ ਕਰਨਗੇ। ਕੀਰਤਨ ਕਰਹਿ ਸੁਨ ਹੋ ਮਨ ਲਾਈ, ਬਸ ਕੀਰਤਨ ਕਰਨਾ ਹੈ, ਨਾਮ ਸੁਣਨਾ ਹੈ, ਨਾਮ ਜਪਣਾ ਹੈ, ਬਾਣੀ ਨਾਲ ਜੁੜਨਾ। ਦੁਨਿਆਵੀ ਗੱਲ ਇੱਥੇ ਕੋਈ ਨਹੀਂ ਹੋਣੀ ਚਾਹੀਦੀ। ਇੱਦਾਂ ਕਹਿ ਕੇ ਮਹਾਰਾਜ ਕੋਠੇ ਦੇ ਅੰਦਰ ਵੜ ਗਏ। 6ਵੇਂ ਪਾਤਸ਼ਾਹ ਮਹਾਬਲੀ ਸਤਿਗੁਰੂ ਜੀ ਅੰਦਰ ਜਾ ਕੇ ਕੁੰਡੀ ਅੰਦਰੋਂ ਲਾ ਲਈ ਹੈ। ਕਹਿੰਦੇ ਦੋਵੇਂ ਤਖਤੇ ਮੇਲ ਕੇ ਅੰਦਰੋਂ ਕੁੰਡੀ ਲਾ ਲਈ ਬੈਠੇ ਪ੍ਰਭੂ ਇਕਾਂਤੀ ਹੋਏ, ਤੇ ਮਹਾਰਾਜ ਇਕਾਂਤ ਵਿੱਚ ਪਦਮਾਸਣ ਲਾ ਕੇ ਆਪਣੇ ਅਕਾਲ ਪੁਰਖ ਨਿਰੰਕਾਰ ਨਾਲ ਸੁਰਤ ਜੋੜ ਕੇ ਬੈਠ ਗਏ ਹਨ। ਪਦਮਾਸਣ ਕਹੋ ਕਰਕੇ ਬੈਸੇ, ਪਦਮਾਸਣ ਲਾ ਕੇ ਬੈਠੇ 6ਵੇਂ ਪਾਤਸ਼ਾਹ ਜੀ ਮਹਾਰਾਜ। ਸਿੱਧ ਜੋਗ ਜੋਗੀ ਹੋਏ ਜੈਸੇ, ਜਿਵੇਂ ਕੋਈ ਪੂਰਨ ਜੋਗੀ ਸਿੱਧ ਮਹਾਤਮਾ ਬੈਠਿਆ ਹੋਵੇ। ਜਿਮ ਸ਼੍ਰੀ ਕ੍ਰਿਸ਼ਨ ਚਾਹੇ ਬਨ ਮਾਹੀ, ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਆਪਣਾ ਚੋਲਾ ਛੱਡਣ ਲੱਗੇ, ਬਨਵਾਸ ਵਿੱਚ ਚਲੇ ਗਏ ਸੀ। ਭਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਵਿੱਚ ਕਥਾ ਲਿਖੀ ਹੈ, ਜਾਏ ਸੁੱਤਾ ਪ੍ਰਭਾਸ ਵਿੱਚ ਗੋਡੇ ਉੱਤੇ ਪਾਏ ਪਸਾਰੇ, ਸਾਰਿਆਂ ਤੋਂ ਇਕਾਂਤ ਹੋ ਕੇ, ਕਿਉਂਕਿ ਸਾਰਾ ਪਰਿਵਾਰ ਤਾਂ ਆਪਸ 'ਚ ਲੜਕੇ ਮਰ ਗਿਆ ਸੀਗਾ, ਜਾਦੂਆਂ ਦਾ ਦੁਰਬਾਸ਼ਾ ਰਿਸ਼ੀ ਦਾ ਸਰਾਪ ਜੋ ਹੋ ਗਿਆ ਸੀਗਾ ਵੀ ਜਿਹੜਾ ਇਸ ਲੜਕੀ ਦੇ ਇਹਨਾਂ ਨੇ ਇੱਕ ਬੱਚੇ ਦੇ ਨਾ ਇੱਕ ਮੁੰਡੇ ਨੂੰ ਕੁੜੀਆਂ ਵਾਲੇ ਕੱਪੜੇ ਪਵਾ ਕੇ ਜਾਦੂਆਂ ਨੇ, ਅਤੇ ਉਹਦੇ ਪੇਟ ਦੇ ਉੱਤੇ ਬਾਟੀ ਰੱਖ ਕੇ ਅਤੇ ਉੱਪਰ ਕੱਪੜਾ ਪਾ ਕੇ ਅਤੇ ਜਾ ਕੇ ਕਹਿੰਦੇ ਮਹਾਰਾਜ ਇਸ ਕੁੜੀ ਦੇ ਪੇਟ ਤੋਂ ਮੁੰਡਾ ਜੰਮੇਗਾ ਕਿ ਕੁੜੀ ਜੰਮੇਗੀ। ਦੁਰਬਾਸ਼ਾ ਕਹਿੰਦਾ ਇਹਦੇ ਪੇਟ ਤੋਂ ਉਹ ਜੰਮੇਗਾ ਜਿਹੜਾ ਤੁਹਾਡੀ ਕੁਲ ਦਾ ਨਾਸ ਕਰ ਦੇ। ਉਹ ਸਰਾਪ ਦੇ ਤਾਂ ਗੁਰਬਾਣੀ 'ਚ ਬਚਨ ਆਉਂਦਾ, ਦੁਰਬਾਸ਼ਾ ਸਿਉਂ ਕਰਤ ਠਗੌਰੀ ਜਾਦਵ ਇਹ ਫਲ ਪਾਏ। ਜਦੋਂ ਬਾਟੀ ਖੋਲ੍ਹੀ ਵਿੱਚੋਂ ਲੋਹੇ ਦਾ ਮੂਸਲ ਨਿਕਲਿਆ, ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਆ ਕੇ ਦੱਸਿਆ। ਭਗਵਾਨ ਕਹਿੰਦੇ ਸੰਤਾਂ ਨਾਲ ਮਸ਼ਕਰੀ ਨਹੀਂ ਕਰੀ ਦੀ, ਸੰਤਨ ਸੇਤੀ ਮਸ਼ਕਰੀਏ ਡੂਬਣ ਕੇ ਕਾਮ ਮਾੜਾ ਕੀਤਾ ਤੁਸੀਂ। ਅਤੇ ਸਾਧ ਸੰਗਤ ਜੀ ਉਸ ਵੇਲੇ ਉਹ ਜਿਹੜਾ ਲੋਹੇ ਦਾ ਮੂਸਲ ਸੀ ਕਹਿੰਦੇ ਇਹਦਾ ਕੀ ਕਰੀਏ, ਕਹਿੰਦੇ ਇਹਨੂੰ ਘਸਾ ਕੇ ਨਾ ਖਤਮ ਕਰ ਦਿਓ। ਉਹ ਨਦੀ ਦੇ ਕੰਡੇ ਦੇ ਪੱਥਰ 'ਤੇ ਰਗੜੀ ਗਏ ਪਾਣੀ ਪਾਉਂਦੇ ਗਏ, ਉਹ ਰਗੜੀ ਜਾਣ, ਹੁਣ ਲੋਹਾ ਘਸ ਕੇ ਪੱਥਰ 'ਤੇ, ਉਹ ਇੰਨਾ ਕੁ ਸੂਈ ਜਿਹਾ ਰਹਿ ਗਿਆ, ਬਹੁਤ ਬਰੀਕ, ਉਹ ਹੱਥੋਂ ਨਿਕਲ ਗਿਆ ਜਾਂ ਸੁੱਟ ਦਿੱਤਾ, ਉਹ ਮੱਛੀ ਨੇ ਨਿਕਲ ਲਿਆ, ਮੱਛੀ ਨੂੰ ਫੜ ਲਿਆ ਸ਼ਿਕਾਰੀ ਨੇ, ਉਹ ਜਾਲ ਵਿੱਚ ਆ ਗਈ। ਜਦੋਂ ਉਹਨੇ ਮੱਛੀ ਦਾ ਪੇਟ ਚਾਕ ਕੀਤਾ ਵਿੱਚੋਂ ਸੂਈ ਜਿਹੀ ਨਿਕਲੀ ਤਿੱਖੀ ਜਿਹੀ, ਉਹਨੇ ਆਖਿਆ ਤਾਂ ਬੜੀ ਵਧੀਆ ਤੀਰ ਬਣਾ ਲਿਆ, ਆਪਣੇ ਤੀਰ ਦੀ ਮੁਖੀ ਬਣਾ ਲਈ, ਉਹ ਸ਼ਿਕਾਰ ਕਰਨ ਉਹਦੇ ਨਾਲ ਜਾਂਦਾ ਸੀ। ਇੱਧਰੋਂ ਕ੍ਰਿਸ਼ਨ ਜੀ ਦੇ ਪਰਿਵਾਰ ਦੇ ਜਿੰਨੇ ਜਾਦਵ ਸੀ
ਸ਼ਰਾਬ ਪੀ ਕੇ ਆਪਸ 'ਚ ਲੜ ਪਏ। ਆਪਸ ਇੰਨੇ ਲੜੇ ਸਾਰੇ ਵੱਢ ਕੇ ਕੱਟ ਕੇ ਮਰ ਗਏ। ਜਦੋਂ ਕੱਟ ਕੇ ਮਰ ਗਏ ਕ੍ਰਿਸ਼ਨ ਜੀ ਬਹੁਤ ਉਦਾਸ ਹੋ ਕੇ ਪ੍ਰਭਾਸ ਖੇਤਰ ਵਿੱਚ ਜਾ ਕੇ ਬਿਰਾਜਮਾਨ ਹੋਏ। ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ 'ਚ ਲਿਖਿਆ, ਜਾਏ ਸੁੱਤਾ ਪ੍ਰਭਾਸ ਵਿੱਚ ਗੋਡੇ ਉੱਤੇ ਪਾਏ ਪਸਾਰੇ, ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਿਲਕੈ ਵਾਂਗੀ ਤਾਰੇ। ਚਰਨ ਕਮਲਾਂ ਵਿੱਚ ਬਹੁਤ ਸੁੰਦਰ ਭਗਵਾਨ ਜੀ ਦੇ ਪਦਮ ਦਾ ਨਿਸ਼ਾਨ ਸੀ, ਉਹ ਤਾਰੇ ਤਰ੍ਹਾਂ ਲਿਸ਼ਕਿਆ ਦੂਰੋਂ। ਸਰੀਰ ਮਹਾਰਾਜ ਦਾ ਕਾਲਾ ਸੀਗਾ ਅਤੇ ਪਦਮ ਜਿਹੜਾ ਸੀ ਉਹ ਤਾਰੇ ਤਰ੍ਹਾਂ ਚਮਕਿਆ, ਅਤੇ ਉਹ ਸ਼ਿਕਾਰੀ ਨੇ ਦੇਖਿਆ ਵੀ ਦੂਰ ਕਾਲਾ ਹਿਰਨ ਹੋਵੇਗਾ ਅਤੇ ਅੱਖ ਚਮਕਦੀ ਹੈ। ਉਹਨੇ ਅੱਖ ਜਾਣ ਕੇ ਬੱਧਕ ਆਇਆ ਪਹਾੜ ਦਾ, ਮਿਰਗੇ ਜਾਣ ਬਾਣ ਲੈ ਮਾਰੇ। ਉਹਨੇ ਤੀਰ ਮਾਰਿਆ, ਪੈਰਾਂ ਵਿੱਚੋਂ ਲੰਘ ਕੇ ਗੋਡੇ ਥਾਣੀ ਨਿਕਲ ਗਿਆ। ਭਗਵਾਨ ਕ੍ਰਿਸ਼ਨ ਜੀ ਖੂਨ ਨਾਲ ਲੱਥ ਪੱਥ ਹੋ ਗਏ। ਉਹ ਸ਼ਿਕਾਰੀ ਦੌੜ ਕੇ ਆਇਆ, ਕਹਿਣ ਲੱਗਾ, ਵੇਖ ਕੇ ਰੋਣ ਲੱਗ ਪਿਆ, ਕਹਿੰਦਾ ਮੇਰੇ ਤੋਂ ਬੜਾ ਪਾਪ ਹੋ ਗਿਆ ਮਹਾਰਾਜ, ਇਹ ਮੈਂ ਕੀ ਕਰ ਬੈਠਾ। ਕਹਿਣ ਲੱਗੇ, ਠੀਕ ਹੋਇਆ, ਕਿਸੇ ਜਨਮ ਵਿੱਚ ਤੂੰ ਬਾਲੀ ਸੀ, ਮੈਂ ਰਾਮ ਸੀ, ਤੈਨੂੰ ਤੀਰ ਮਾਰਿਆ ਸੀ, ਤੇਰਾ ਮੇਰਾ ਲੇਖਾ ਸੀ, ਅੱਜ ਪੂਰਾ ਹੋ ਗਿਆ, ਮੈਂ ਤੇਰੇ ਤੀਰ ਨਾਲ ਹੀ ਮਰਨਾ ਸੀਗਾ। ਭਗਵਾਨ ਕ੍ਰਿਸ਼ਨ ਜੀ ਮਹਾਰਾਜ ਆਪਣਾ ਚੋਲਾ ਛੱਡ ਗਏ ਸਨ। ਵਾਰਾਂ ਭਾਈ ਗੁਰਦਾਸ ਜੀ ਦੀਆਂ ਦਸਵੀਂ ਵਾਰ ਦੇ ਵਿੱਚ ਬਚਨ ਆਉਂਦੇ, ਸਾਧ ਸੰਗਤ ਜੀ ਅੱਜ ਭਗਵਾਨ ਕ੍ਰਿਸ਼ਨ ਦੀ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਕੋਠੇ ਵਿੱਚ ਇਕਾਂਤ ਹੋ ਕੇ ਬੈਠ ਗਏ ਹਨ, ਜਿੱਥੇ ਕ੍ਰਿਸ਼ਨ ਜੀ ਗਏ ਸਨ ਉੱਥੇ ਇਕਾਂਤ ਇੰਨਾ ਸੀ ਵੀ ਦੂਜਾ ਕੋਈ ਬੰਦਾ ਆਉਂਦਾ ਨਹੀਂ ਸੀ, ਨਿਰਜਨ ਬਣ ਦੇ ਵਿੱਚ ਜਾ ਕੇ ਪੈ ਗਏ ਸਨ ਤੇ ਉੱਥੇ ਆਪਣਾ ਸਰੀਰ ਛੱਡ ਕੇ ਚਲੇ ਗਏ ਸੀ। ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਤਾਲਪੁਰੀ ਪੂਰਾ ਇਕਾਂਤ ਕਰ ਦਿੱਤਾ। ਹੁਣ ਵੀ ਜਾਓ ਨਾ, ਉਹ ਤਾਂ ਚਲੋ ਹੁਣ ਆ ਜਿਹੜੇ ਆਪਾਂ ਫੁੱਲ ਤਾਰਨ ਜਾਂਦੇ ਹਾਂ ਤਾਂ ਕਰਕੇ ਉੱਥੇ ਥੋੜ੍ਹਾ ਜ਼ਿਆਦਾ ਰੌਣਕ ਮੇਲਾ ਹੋ ਗਿਆ, ਵੈਸੇ ਉਹ ਸ਼ਾਂਤ ਜਗ੍ਹਾ ਬੜੀ ਹੈ, ਇਕਾਂਤ ਰਾਤ ਵੇਲੇ ਜਾਓ ਤਾਂ ਬਹੁਤ ਹੀ ਸ਼ਾਂਤੀ, ਉੱਥੇ ਬਹੁਤ ਹੀ ਇਕਾਂਤ ਹੁੰਦਾ। ਤੇ ਉੱਥੇ ਮਹਾਰਾਜ ਛੇਵੇਂ ਪਾਤਸ਼ਾਹ ਕੋਠਾ ਬਣਾ ਕੇ ਇਕਾਂਤ ਬੈਠ ਗਏ ਹਨ। ਸ਼੍ਰੀ ਹਰਗੋਬਿੰਦ ਤੁਸੀਂ ਪ੍ਰਕਾਰੇ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭ ਦੇਸ਼ ਤੇ ਮਨ ਰੋਕਣ ਕੀਨ, ਸਾਰੇ ਪਾਸਿਓਂ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰ ਲਿਆ ਹੈ। ਇੰਦਰੇ ਕਰਨ ਸੰਕੋਚ ਕਰ ਲੀਨ, ਆਪਣੇ ਗਿਆਨ ਇੰਦਰੇ ਕਰਮ ਇੰਦਰੇ ਵੀ ਸੰਕੋਚ ਲਏ ਹਨ। ਆਤਮ ਰਸ ਮਹਿਰੇ ਗੁਸਾਈ, ਮਹਾਰਾਜ ਆਤਮ ਰਸ ਵਿੱਚ ਟਿਕ ਗਏ ਹਨ, ਆਤਮ ਆਨੰਦ ਵਿੱਚ ਟਿਕ ਗਏ ਹਨ। ਆਪਣੀ ਬਿਰਤੀ ਨੂੰ ਬਾਹਰ ਮੁਖੀ ਪਦਾਰਥ ਮੁਖੀ ਨਹੀਂ ਕੀਤਾ, ਬਲਕਿ ਆਪਣੀ ਬਿਰਤੀ ਨੂੰ ਆਤਮ ਵਿਸ਼ੈਣੀ ਕਰਕੇ ਆਤਮਾ ਵਾਲੇ ਪਾਸੇ ਜੋੜ ਲਿਆ ਹੈ। ਜਿੱਥੇ ਇੱਕ ਹੀ ਰਹਿ ਜਾਂਦਾ, ਇੱਕੋ ਹੈ ਭਾਈ, ਇੱਕੋ ਹੈ, ਦੂਜੇ ਦੀ ਦਵੈਤ ਦੀ ਤਾਂ ਲੇਸ਼ ਮਾਤਰ ਵੀ ਨਹੀਂ ਹੁੰਦੀ ਉੱਥੇ। ਸਾਧ ਸੰਗਤ ਜੀ, 6 ਦਿਨ 6 ਰਾਤਾਂ ਗੁਰੂ ਸਾਹਿਬ ਨੇ ਇਹ ਸਮਾਧੀ ਸਾਧਨਾ ਕੀਤੀ ਹੈ। ਅਗਾਧ ਬੋਧ ਬ੍ਰਹਮ ਦੇ ਵਿੱਚ ਮਹਾਰਾਜ ਲੀਨ ਹੋ ਗਏ ਹਨ। ਸੱਤਵੇਂ ਦਿਨ ਦਾ ਅੰਮ੍ਰਿਤ ਵੇਲਾ, ਸਵੇਰੇ 4 ਵਜੇ ਦਾ ਲਗਭਗ ਸਮਾਂ ਹੋਇਆ ਹੈ। ਉਸ ਵੇਲੇ ਜਦੋਂ ਕਿਹਾ ਸੀ ਵੀ ਅਸੀਂ ਸੱਚਖੰਡ ਜਾਵਾਂਗੇ, ਸੱਚੇ ਪਾਤਸ਼ਾਹ ਨੇ 6 ਦਿਨ 6 ਰਾਤਾਂ ਤੋਂ ਬਾਅਦ ਜਦੋਂ 7ਵੀਂ ਰਾਤ 7ਵਾਂ ਦਿਨ ਚੜ੍ਹਨ ਆਇਆ, ਅੰਮ੍ਰਿਤ ਵੇਲੇ ਸਤਿਗੁਰੂ ਚੋਲਾ ਛੱਡ ਗਏ ਹਨ। ਜਿਹੜੇ ਉਸ ਕੋਠੇ ਦੀ ਕੰਧ ਸੀ ਉਹਦੇ ਨਾਲ ਏਦਾਂ ਪਿੱਠ ਲਾ ਲਈ, ਏਦਾਂ ਬੈਠੇ ਬੈਠੇ ਹੀ ਮਹਾਰਾਜ ਬ੍ਰਹਮ ਲੀਨ ਹੋ ਗਏ ਹਨ। ਬੈਠੇ ਰਹੇ ਪ੍ਰਭੂ ਤਿਸ ਬਾਰੀ, ਉਸੇ ਤਰ੍ਹਾਂ ਬੈਠੇ ਰਹੇ ਨੇ। ਨਹੀਂ ਤਾਂ ਸਰੀਰ ਦੇ ਜਦੋਂ ਪ੍ਰਾਣ ਨਿਕਲਦੇ ਕੋਈ ਏਦਾਂ ਡਿੱਗ ਪੈਂਦਾ,
ਜਗ੍ਹਾ ਡਿੱਗ ਸਕਦਾ ਹੈ, ਪਰ ਹਜ਼ੂਰ ਏਦਾਂ ਬੈਠੇ ਸਨ ਜਿਵੇਂ ਜਾਗਦੇ ਹਨ। ਹਾਂਜੀ, ਬਾਹਰ ਯੋਧੇ ਲਗਾਤਾਰ ਡਿਊਟੀਆਂ ਬਦਲ ਬਦਲ ਕੇ ਪਹਿਰਾ ਦਿੰਦੇ ਰਹੇ। ਰਾਤ ਨੂੰ ਹੋਰ, ਦਿਨੇ ਹੋਰ, ਸੂਰਮੇ ਬਰਛੇ ਲੈ ਕੇ, ਬੰਦੂਕਾਂ ਲੈ ਕੇ ਆਲੇ ਦੁਆਲੇ ਬਾਣੀ ਪੜ੍ਹਦੇ ਅਤੇ ਗੁਰੂ ਸਾਹਿਬ ਜੀ ਦੇ ਕਿਸੇ ਨੂੰ ਉੱਥੇ ਫੜਕਣ ਨਹੀਂ ਦਿੰਦੇ। ਮਹਾਰਾਜ ਦਾ ਹੁਕਮ ਸੀ ਕੋਈ ਆਵਾਜ਼ ਨਹੀਂ ਹੋਣੀ ਚਾਹੀਦੀ, ਬਿਲਕੁਲ ਸ਼ਾਂਤੀ, ਸਾਇਲੈਂਟ। ਗੁਰੂ ਸਾਹਿਬ ਜੀ ਅੰਦਰ ਬੈਠੇ ਰਹੇ ਅਤੇ ਸੱਤਵੇਂ ਦਿਨ ਅੰਮ੍ਰਿਤ ਵੇਲੇ ਬ੍ਰਹਮਲੀਨ ਹੋ ਗਏ ਛੇਵੇਂ ਪਾਤਸ਼ਾਹ ਜੀ ਮਹਾਰਾਜ। ਚਾਰੇ ਪਾਸੇ ਅਖੰਡ ਕੀਰਤਨ ਭਜਨ ਹੋ ਰਿਹਾ ਸੀ, ਕੋਈ ਭਜਨ ਕਰ ਰਿਹਾ ਸੀ, ਕੋਈ ਕੀਰਤਨ ਕਰ ਰਿਹਾ ਸੀ, ਕੋਈ ਨਾਮ ਜਪ ਰਿਹਾ ਸੀ, ਪਰ ਦੁਨਿਆਵੀ ਗੱਲ ਕੋਈ ਨਹੀਂ ਸੀ ਕਰਦਾ। ਰਾਗੀ ਰਾਗਾਂ ਵਿੱਚ ਕੀਰਤਨ ਕਰਦੇ ਸਨ, ਰੀਝ ਰੀਝ ਕੇ ਬਾਣੀ ਪੜ੍ਹਦੇ ਸਨ। ਉਸ ਕੋਠੇ ਦੇ ਆਲੇ ਦੁਆਲੇ ਹਜ਼ਾਰਾਂ ਸੰਗਤਾਂ ਇਕੱਠੀਆਂ ਹੋ ਗਈਆਂ। ਜਦੋਂ ਸੱਤਵੇਂ ਦਿਨ ਦਾ ਅੰਮ੍ਰਿਤ ਵੇਲਾ ਹੋਇਆ, ਸਾਧ ਸੰਗਤ ਜੀ ਉਸ ਵੇਲੇ ਸੰਗਤਾਂ ਦੇ ਰੋਮ ਰੋਮ 'ਚ ਗੁਰੂ ਦਾ ਪਿਆਰ ਵਸਿਆ ਹੋਇਆ ਸੀ, ਸਭ ਗੱਲਾਂ ਭੁੱਲੀਆਂ ਹੋਈਆਂ ਸਨ। ਛੇਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ ਹੀ ਚੇਤੇ ਆ ਰਹੇ ਸਨ। ਹਾਂਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਬਲੀ। ਸਤਿਗੁਰਾਂ ਦਾ ਸੁੰਦਰ ਸਰੂਪ ਸਿੱਖਾਂ ਦੇ ਚਿੰਤਨ ਵਿੱਚ, ਸਿਮਰਨ ਵਿੱਚ ਆ ਰਿਹਾ ਸੀ। ਉਧਰੋਂ ਦੇਵਤਿਆਂ ਨੂੰ ਪਤਾ ਲੱਗਾ ਕਿ ਮਹਾਰਾਜ ਛੇਵੇਂ ਪਾਤਸ਼ਾਹ ਜੀ ਸੱਚਖੰਡ ਵੱਲ ਆ ਰਹੇ ਹਨ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, ਸਾਰੇ ਦੇਵਤੇ, ਇੰਦਰ, ਵਰਣ ਦੇਵਤੇ ਸਾਰੇ ਖੁਸ਼ੀ ਵਿੱਚ ਮਹਾਰਾਜ ਦਾ ਸਵਾਗਤ ਕਰਨ ਲਈ ਆ ਗਏ। ਸਾਰੇ ਦੇਵਤੇ ਆਪਣੇ ਆਪਣੇ ਵਿਮਾਨਾਂ ਤੇ ਚੜ੍ਹੇ, ਆਪਣੀਆਂ ਆਪਣੀਆਂ ਪੁਰੀਆਂ ਤੋਂ ਤੁਰ ਪਏ। ਅਸਮਾਨ ਵਿੱਚ ਆ ਕੇ ਖੜ ਗਏ, ਜਿੱਥੇ ਜਦੋਂ ਮਹਾਰਾਜ ਨੇ ਸਰੀਰ ਛੱਡਣਾ ਸੀ ਉਸ ਵੇਲੇ ਸਾਰੇ ਦੇਵਤੇ, 33 ਕਰੋੜ ਦੇਵਤੇ ਫੁੱਲਾਂ ਦੀ ਵਰਖਾ ਕਰਦੇ ਹਨ। ਕਹਿੰਦੇ ਬ੍ਰਹਮਾ ਜੀ ਆਪਣੇ ਹੰਸ ਤੇ ਬੈਠੇ ਹੋਏ ਹਨ, ਔਰ ਭਗਵਾਨ ਸ਼ਿਵ ਜੀ ਮਹਾਰਾਜ ਆਪਣੇ ਬਲਦ ਦੀ ਸਵਾਰੀ ਕਰ ਰਹੇ ਹਨ, ਆਪਣੇ ਗਣਾਂ ਨੂੰ, ਭੂਤਾਂ ਪ੍ਰੇਤਾਂ ਜਿਨ੍ਹਾਂ ਨੂੰ ਉਹ ਵੀ ਲੈ ਆਏ। ਸ਼ਿਵ ਜੀ ਦੀ ਫੌਜ ਹੈ ਨਾ ਗਣਾਂ ਦੀ, ਉਹ ਵੀ ਲੈ ਆਏ। ਸਭ ਦੇਵਤੇ ਵੀ, ਦੈਂਤ ਵੀ, ਜਿੰਨੀਆਂ ਗੁਪਤ ਸ਼ਕਤੀਆਂ ਹਨ ਸਾਧ ਸੰਗਤ, ਜਿੰਨਾ ਸੰਸਾਰ ਦਿਸਦਾ ਹੈ ਇਹ 0% ਹੈ, ਬਾਕੀ ਅਣ ਦਿਸਦਾ ਬਹੁਤ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਅਣਜਾਣਤ ਜੋ ਸੇਵਾ ਤੇਤੀ ਨਾ ਜਾਏ ਗਣੀ। ਕਹਿੰਦੇ ਜਿਹੜੇ ਅਣਜਾਣ, ਸਾਨੂੰ ਸਮਝ ਹੀ ਨਹੀਂ, ਪਤਾ ਹੀ ਨਹੀਂ ਕਿੰਨੇ ਕਿੰਨੇ ਜਿਹੜੇ ਉਹਦੀ ਸੇਵਾ ਕਰਦੇ ਨੇ, ਗਿਣਤੀ ਨਹੀਂ ਹੋ ਸਕਦੀ। ਕਹਿੰਦੇ ਜੇਤੀ ਪ੍ਰਭੂ ਜਨਾਈ, ਜਿੰਨੀ ਵਾਹਿਗੁਰੂ ਨੇ ਮੈਨੂੰ ਦੱਸੀ ਮੈਂ ਦੱਸਦੀ ਹੈ, ਪਰ ਜਿਹੜੀ ਅਣਜਾਣ ਪਰੇ ਅਣਗਿਣਤ ਹੈ, ਅਣਜਾਣ ਦੱਸੋ ਜੇ ਜੋ ਸੇਵਾ ਤੇਤੀ ਨਾ ਜਾਏ ਗਣੀ, ਉਹ ਕਹੀ ਨਹੀਂ ਜਾ ਸਕਦੀ। ਹਾਂਜੀ, ਕਹਿੰਦੇ ਇਸੇ ਤਰ੍ਹਾਂ ਇੰਦਰ ਦੇਵਤਾ ਦੇਵਤਿਆਂ ਦਾ ਰਾਜਾ ਆ ਗਿਆ। ਅਗਨੀ ਦੇਵਤਾ, ਵਾਯੂ ਦੇਵਤਾ ਬੜੇ ਪ੍ਰਸੰਨ ਹੋ ਕੇ ਆਏ ਨੇ ਲੈਣ ਵਾਸਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੂੰ। 12 ਸੂਰਜ ਵੀ ਆਏ ਨੇ, ਔਰ ਚੰਦਰ ਦੇਵਤਾ ਵੀ ਆਇਆ ਹੈ। 49 ਪੌਣ ਹਨ, 49 ਪੌਣ ਹਨ ਸਾਧ ਸੰਗਤ ਜੀ, ਇਹ ਤਾਂ ਆਪਾਂ ਨੂੰ ਇੱਕੋ ਪਾਉਣ ਦਾ ਜੇ ਪਤਾ, 49 ਹਨ ਸੂਖਮ। ਇਹ ਭੇਦ ਜਿਹੜੇ ਨੇ ਮਹਾਂਪੁਰਸ਼ਾਂ ਕੋਲ ਬਹਿ ਕੇ ਪਤਾ ਲੱਗਦੇ ਨੇ, ਸਾਰਿਆਂ ਨੂੰ ਦੱਸੇ ਵੀ ਨਹੀਂ ਜਾ ਸਕਦੇ, ਸਾਰੇ ਸਮਝੇ ਵੀ ਨਹੀਂ ਜਾ ਸਕਦੇ, ਬੜੀ ਸੂਖਮ ਖੇਡ ਹੈ। ਅਤੇ 11 ਸ਼ਿਵ ਜੀ ਹਨ, ਰੁਦਰ ਹਨ, ਉਹ ਵੀ ਆਏ ਹਨ। ਬਹੁਤ ਸਾਰੀਆਂ ਪਸ਼ਰਾਵਾਂ ਗਾ ਰਹੀਆਂ ਸ਼ਬਦ, ਹੱਸ ਹੱਸ ਕੇ ਨੱਚਦੀਆਂ ਹਨ। ਬਾਣੀ 'ਚ ਬਚਨ ਹੁੰਦਾ
ਪ੍ਰਿਆ ਕੀ ਸੋਭ ਸੁਹਾਵਣੀ ਨੀਕੀ, ਹਾ ਹਾ ਹੂ ਹੂ ਗੰਧਰਬੇ ਅਪਸਰਾ ਅਨੰਦ ਮੰਗਲ ਧੁਨ ਗਾਵਣੀ ਨੀਕੀ। ਮੇਰੇ ਸੱਚੇ ਪਾਤਸ਼ਾਹ ਦੀਆਂ ਸਿਫਤਾਂ ਕਰ ਰਹੇ ਨੇ ਸਾਰੇ। ਕਹਿੰਦੇ ਵਿਦਿਆਧਰ ਜਿਹੜੇ ਸਵਰਗ ਦੇ ਗਵਈਏ ਹਨ, ਗੰਧਰਬ ਹਨ, ਕਿੰਨਰ ਹਨ, ਉਹ ਵੀ ਆਏ ਹਨ। 84 ਸਿੱਧਾਂ ਸਮੇਤ ਗੁਰੂ ਗੋਰਖ ਨਾਥ ਜੀ ਵੀ ਆਏ ਹਨ। ਸਾਰੇ ਗੁਰੂ ਸਾਹਿਬ ਦਾ ਜਸ ਕਰ ਰਹੇ ਨੇ। ਕੀ ਮਤਲਬ ਹੈ ਵੀ ਸਭ ਤੋਂ ਵੱਡਾ ਕੌਣ ਹੋਇਆ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਦੇਵਾਨ ਦੇਵ, ਦੇਵਤਿਆਂ ਦੇ ਪੂਜਨੀਕ ਹਨ। ਸਾਰੇ ਦੇਵਤੇ ਜਿਨ੍ਹਾਂ ਦੀ ਪੂਜਾ ਕਰਦੇ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਰਲੋਕ ਗਮਨ ਕਰ ਰਹੇ ਨੇ। ਸਾਰੇ ਦੇਵਤੇ ਸਵਰਗ ਤੋਂ ਆ ਕੇ ਸਵਾਗਤ ਕਰ ਰਹੇ ਨੇ। ਸਭ ਜੈ ਜੈਕਾਰ ਕਰਦੇ ਨੇ। ਮਹਾਰਾਜ ਸਾਹਿਬ ਜੀ ਦੇ ਪੂਜਾ ਵਾਸਤੇ ਬੜੀ ਸਮੱਗਰੀ ਸਵਰਗ ਲੋਕ ਤੋਂ ਲੈ ਕੇ ਆਏ ਨੇ। ਇਤਨੇ ਨੂੰ ਮਹਾਰਾਜ ਵਾਸਤੇ ਇੱਕ ਵਿਮਾਨ ਸੱਚਖੰਡ ਤੋਂ ਆਇਆ ਹੈ। ਉਹ ਕੈਸਾ ਹੈ? ਕਵੀ ਜੀ ਉਹਦਾ ਬਿਆਨ ਕਰਦੇ ਹਨ। ਕਹਿੰਦੇ ਜਗਮਗ ਜਗਮਗ ਕਰਦਾ ਉਹ ਹੀਰਿਆਂ ਦਾ ਅਤੇ ਮਣੀਆਂ ਦਾ ਜੜਿਆ ਹੋਇਆ ਵਿਮਾਨ ਹੈ। ਉਹਦੇ ਵਿੱਚ ਸਾਰੇ ਹੀ ਅਲੌਕਿਕ ਪਦਾਰਥ ਲੱਗੇ ਹੋਏ ਹਨ। ਮੋਤੀਆਂ ਦੀਆਂ ਝਾਲਰਾਂ ਲਟਕਦੀਆਂ ਹਨ ਉਸ ਵਿਮਾਨ ਦੇ ਵਿੱਚ। ਮਣੀਆਂ ਤੇ ਹੀਰੇ ਮੋਤੀ ਲਿਸ਼ਕਦੇ ਹਨ, ਚਮਕਦੇ ਹਨ, ਬਹੁਤ ਜੋਤ ਜਾਗਦੀ ਹੈ। ਔਰ ਸਾਰੀਆਂ ਸੁਗੰਧੀਆਂ ਸਵਰਗ ਲੋਕ ਦੀਆਂ ਨਾਲ ਉਹਨੂੰ ਸਿੰਚਿਆ ਹੋਇਆ ਹੈ। ਜਿਸ ਨੂੰ ਵੇਖ ਕੇ ਨਾਸਕਾ ਪ੍ਰਸੰਨ ਹੋ ਜਾਵੇ ਸੁੰਘ ਕੇ। ਤੇ ਪੁਤਲੀਆਂ ਖੜੀਆਂ ਨੇ ਚੌਰ ਕਰਨ ਵਾਸਤੇ। ਦੀਪਕ ਗਨਮਣ ਦੀਪਕ ਖਰੀ, ਆਹਾ, ਕਹਿੰਦੇ ਮਣੀਆਂ ਦੇ ਦੀਵੇ ਬਲਦੇ ਹਨ ਉੱਥੇ। ਵਿੱਚ ਮੰਦਰ ਸੁੰਦਰ ਦਰ ਕਰੇ, ਕਹਿੰਦੇ ਬੜਾ ਸੁੰਦਰ ਵਿੱਚ ਕੋਠਾ ਕਮਰਾ ਵਰਗਾ ਬਣਿਆ ਹੋਇਆ। ਭਾਵ ਜਿਹੜਾ ਵਿਮਾਨ ਸਤਿਗੁਰਾਂ ਵਾਸਤੇ ਆਇਆ ਹੈ, ਮਣੀਆਂ ਨਾਲ ਖਚਿਤ ਕਮਰਾ ਹੈ, ਵਿੱਚ ਬੈਠਣ ਵਾਸਤੇ ਤਖਤ ਹੈ ਸਚੇਵੇਂ ਪਾਤਸ਼ਾਹ ਜੀ ਦੇ ਲਈ। ਬੜਾ ਸੁੰਦਰ 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 ਥੜੇ ਬਣੇ ਹਨ ਵਿੱਚ ਬੈਠਣ ਲਈ। ਕੰਚਨ ਚਿਤ੍ਰਿਤ ਹੀਰਨ ਸੰਗ, ਸੋਨੇ ਦੇ ਨਾਲ ਹੀਰਿਆਂ ਦੇ ਨਾਲ ਚਿਤ੍ਰਿਤਕਾਰੀ ਕੀਤੀ ਹੋਈ ਹੈ। ਚਮਕਹਿ ਚਾਰੂ ਕਲਸ ਉਤੰਗ, ਬੜਾ ਸੁੰਦਰ ਉੱਤੇ ਗੋਲ ਗੁੰਬਜ ਕਲਸ ਦੂਰੋਂ ਲਿਸ਼ਕਦਾ ਸੁਨਹਿਰੀ। ਲਗ ਲਗ ਹੈ ਪਤਾਕਾ, ਔਰ ਛੋਟੀਆਂ ਵੱਡੀਆਂ ਝੰਡੀਆਂ ਰੰਗ ਬਰੰਗੀਆਂ ਲੱਗੀਆਂ ਹੋਈਆਂ ਨੇ। ਤੇ ਇਹ ਵਿਮਾਨ ਦੀ ਇਹ ਵਡਿਆਈ ਹੈ ਵੀ ਜਿੱਥੇ ਜਾਣਾ ਚਾਹੇ ਜਾ ਸਕਦਾ, ਇਹਨੂੰ ਕੋਈ ਰੁਕਾਵਟ ਨਹੀਂ। ਇਹ ਦੇਵ ਲੋਕ ਵੀ ਜਾ ਸਕਦਾ, ਬ੍ਰਹਮ ਲੋਕ ਜਾ ਸਕਦਾ, ਰੁਦਰ ਲੋਕ ਜਾ ਸਕਦਾ, ਇਹ ਸਵਰਗ ਵਿੱਚ ਜਾ ਸਕਦਾ, ਤੇ ਸਭ ਤੋਂ ਉੱਪਰ ਸੱਚਖੰਡ ਵਸੈ ਨਿਰੰਕਾਰ ਉੱਥੇ ਵੀ ਜਾ ਸਕਦਾ ਹੈ। ਹਾਂਜੀ, ਬੜਾ ਤੇਜ ਪ੍ਰਤਾਪ ਵਾਲਾ ਇਹ ਵਿਮਾਨ ਆਇਆ ਹੈ ਛੇਵੇਂ ਪਾਤਸ਼ਾਹ ਲਈ, ਜਿਹਦੇ ਆਲੇ ਦੁਆਲੇ ਬ੍ਰਹਮਾ ਵਿਸ਼ਨੂੰ ਸਾਰੇ ਦੇਵਤੇ ਫੁੱਲਾਂ ਦੀ ਵਰਖਾ ਕਰਦੇ ਹਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਦੇ ਤੇ ਸਵਾਰ ਹੋਏ ਹਨ। ਮਨਮੋਹਨ ਸਤਿਗੁਰਾਂ ਦੀ ਬੜੀ ਸ਼ੋਭਾ ਵਧੀ ਹੈ। ਬੜਾ ਸੋਹਣਾ ਸਿੰਘਾਸਨ ਡਾਇਆ ਹੋਇਆ ਸੀ, ਸੁੰਦਰ ਵਿਛਾਣਾ ਉੱਤੇ ਵਿਛਾਇਆ ਹੋਇਆ ਸੀ, ਬੜਾ ਗੋਲ ਸਰਾਣਾ ਰੱਖਿਆ ਹੋਇਆ ਸੀ। ਉਹ ਸਿੰਘਾਸਨ ਦੇ ਮਹਾਰਾਜ ਛੇਵੇਂ ਪਾਤਸ਼ਾਹ ਜਾ ਬੈਠੇ ਹਨ। ਸਭ ਤੋਂ ਨੇੜੇ ਬ੍ਰਹਮਾ ਜੀ ਅੱਗੇ ਵਧੇ ਹਨ। ਔਰ ਸਵਰਗ ਦੇ ਫੁੱਲਾਂ ਦੀ ਗੁਰੂ ਸਾਹਿਬ ਤੇ ਵਰਖਾ ਕੀਤੀ ਹੈ।
ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੈ ਆਰਤੀ ਕੋਟ ਕਰੈ ਸੁਰ ਸੁੰਦਰ ਵੇਖ ਪੁਰੰਦਰ ਕੇ ਬਲ ਜਾਵੈ ਇਹ ਤਾਂ ਮਹਾਰਾਜ ਤੋਂ ਬਲਿਹਾਰ ਜਾਂਦੇ ਹਨ ਦੇਵਤੇ ਕਲਪ ਬਿਰਸ਼ ਜਿਹੜਾ ਪਾਰ ਜਾਤ ਰੁੱਖ ਹੈ ਸਵਰਗ ਦਾ ਉਹਦੇ ਫੁੱਲਾਂ ਦੀ ਮਾਲਾ ਬਣਾ ਕੇ ਲਿਆਂਦੀ ਦੇਵਤਿਆਂ ਨੇ ਬੜੀ ਸ਼ਰਧਾ ਨਾਲ ਬ੍ਰਹਮਾ ਨੇ ਗੁਰੂ ਸਾਹਿਬ ਦੇ ਗਲ ਪਵਾ ਕੇ ਚਰਨਾਂ 'ਚ ਮੱਥਾ ਟੇਕਿਆ ਹੈ ਔਰ ਚੰਦਨ ਦਾ ਛਿੜਕਾਓ ਕੀਤਾ ਹੈ ਸਾਰੇ ਦੇਵਤੇ ਹੱਥ ਜੋੜ ਜੋੜ ਕੇ ਮਹਾਰਾਜ ਦੇ ਫੁੱਲ ਵਰਸਾਉਂਦੇ ਹਨ ਉਹ ਕਹਿੰਦੇ ਦੇਵਤਿਆਂ ਦੀਆਂ ਵਹੁਟੀਆਂ ਗਾਉਂਦੀਆਂ ਤੇ ਨੱਚਦੀਆਂ ਹਨ ਔਰ ਸਵਰਗ ਦੇ ਫੁੱਲਾਂ ਦੀਆਂ ਬੁੱਕਾਂ ਭਰ ਭਰ ਕੇ ਵਰਖਾ ਕਰਦੇ ਹਨ ਦੇਵਤੇ ਕਹਿੰਦੇ ਦੀਵੇ ਬਾਲ ਕੇ ਥਾਲ 'ਚ ਰੱਖੇ ਹਨ ਵਾਰ ਵਾਰ ਗੁਰੂ ਸਾਹਿਬ ਜੀ ਨੂੰ ਦਿਖਾ ਕੇ ਆਰਤੀ ਕਰਦੇ ਹਨ ਬੜੀਆਂ ਧੂਪ ਤੇ ਸੁਗੰਧੀਆਂ ਮਹਿਕਾਰ ਤੇ ਰਹੀਆਂ ਹਨ ਗੁਰੂ ਸਾਹਿਬ ਦੀ ਪੂਜਾ ਹੋ ਰਹੀ ਹੈ ਗੁਰ ਪੂਜਾ ਵਿਦ ਸਹਿਤ ਕਰਨ ਤੇ ਮਹਾਰਾਜ ਨੂੰ ਪ੍ਰਸੰਨ ਕਰ ਰਹੇ ਹਨ ਦੇਵਤੇ ਗੁਰੂ ਦੀ ਖੁਸ਼ੀ ਲੈਣਾ ਚਾਹੁੰਦੇ ਹਨ ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦਾ ਸ਼ੁਭ ਆਗਮਨ ਹੋਇਆ ਹੈ ਸਾਡੇ ਘਰ ਵਿੱਚ ਸਭ ਦੇਵਤੇ ਖੁਸ਼ ਹੋਏ ਹਨ ਸਾਧ ਸੰਗਤ ਜੀ ਜਗਮਗ ਜਗਮਗ ਹੋ ਰਹੀ ਹੈ ਆਕਾਸ਼ ਮੰਡਲ ਦੇ ਵਿੱਚ ਮਹਾਰਾਜ ਆਪ ਜੀ ਨੇ ਸੰਸਾਰ ਵਿੱਚ ਅਵਤਾਰ ਧਾਰ ਕੇ ਸੰਤਾਂ ਦੀ ਸਹਾਇਤਾ ਕੀਤੀ ਹੈ ਦੁਸ਼ਟਾਂ ਜ਼ਾਲਮਾਂ ਦੀਆਂ ਜੜ੍ਹਾਂ ਪੁੱਟੀਆਂ ਹਨ ਪਾਪੀਆਂ ਨੂੰ ਸਜ਼ਾ ਦਿੱਤੀ ਹੈ ਗਰੀਬਾਂ ਸੰਤਾਂ ਭਗਤਾਂ ਦੀ ਬਾਂਹ ਫੜੀ ਹੈ ਸੱਚੇ ਪਾਤਸ਼ਾਹ ਜੀ ਆਪ ਜੈਸਾ ਦਿਆਲੂ ਕਿਰਪਾਲੂ ਕੌਣ ਹੋ ਸਕਦਾ ਹੈ ਜਿਹੜੇ ਜ਼ੁਲਮ ਦੀਆਂ ਹਨੇਰੀਆਂ ਝੁੱਲ ਰਹੀਆਂ ਸਨ ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ ਉਹਨਾਂ ਜ਼ਾਲਮਾਂ ਦੀ ਧੌਣ ਨਵਾ ਦਿੱਤੀ ਹੈ ਇਹ ਛੇਵੇਂ ਪਾਤਸ਼ਾਹ ਜੀ ਆਪ ਜੀ ਹੀ ਕਰ ਸਕਦੇ ਹੋ ਤੁਰਕਾਂ ਨੂੰ ਜਦ ਦੇ ਮੈਦਾਨ ਵਿੱਚ ਭਾਜੜਾਂ ਪਾ ਦਿੱਤੀਆਂ ਉਹਨਾਂ ਦਾ ਤਪ ਤੇਜ ਖਤਮ ਕਰਕੇ ਰੱਖ ਦਿੱਤਾ ਹੈ ਲੱਖਾਂ ਵੈਰੀਆਂ ਨੂੰ ਮਾਰ ਕੇ ਜਸ ਖੱਟਿਆ ਹੈ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਇਹ ਸੱਚੇ ਪਾਤਸ਼ਾਹ ਤੁਹਾਡੀ ਕੀਰਤੀ ਤੁਹਾਡਾ ਜਸ ਬੜਾ ਪਵਿੱਤਰ ਹੈ ਜਿਹੜਾ ਤੁਹਾਡੀ ਕਥਾ ਕਰੇਗਾ ਜਿਹੜਾ ਤੁਹਾਡੀ ਕਥਾ ਸੁਣੇਗਾ ਜਿਹੜਾ ਤੁਹਾਡੀ ਕਥਾ ਸੁਣਾਏਗਾ ਉਸਨੂੰ ਗੁਰਸਿੱਖੀ ਦੀ ਪ੍ਰਾਪਤੀ ਹੋਵੇਗੀ ਇਹ ਸੱਚੇ ਪਾਤਸ਼ਾਹ ਤੁਹਾਡਾ ਸਾਰਾ ਇਤਿਹਾਸ ਆ ਸੰਗਤ ਜੀ ਮਹਾਰਾਜ ਨੇ ਕਿਰਪਾ ਕੀਤੀ ਇੱਕ ਸਾਲ ਲਗਭਗ ਹੋ ਗਿਆ ਇਹ ਕਥਾ ਛੇਵੇਂ ਪਾਤਸ਼ਾਹ ਦੀ ਚੱਲੀ ਸੀ ਅੱਜ ਛੇਵੇਂ ਪਾਤਸ਼ਾਹ ਦੀ ਕਥਾ ਦਾ ਭੋਗ ਪਿਆ ਜਿਨ੍ਹਾਂ ਜਿਨ੍ਹਾਂ ਨੇ ਪੂਰੀ ਸੁਣ ਲਈ ਸਾਧ ਸੰਗਤ ਜੀ ਵੱਡੀਆਂ ਖੁਸ਼ੀਆਂ ਗੁਰੂ ਛੇਵੇਂ ਪਾਤਸ਼ਾਹ ਕਰਨਗੇ ਅਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਸਾਨੂੰ ਸਿੱਖੀ ਦੀ ਪ੍ਰਾਪਤੀ ਹੋਵੇਗੀ ਇਹ ਅਰਦਾਸ ਕਰਨੀ ਹੈ ਵੀ ਮਹਾਰਾਜ ਆਪਣੀ ਸਿੱਖੀ ਬਖਸ਼ੋ ਸ਼ਰਧਾ ਬਖਸ਼ੋ ਪ੍ਰੇਮਾ ਭਗਤੀ ਅੰਮ੍ਰਿਤ ਵੇਲੇ ਦਾ ਜਾਗਣਾ ਸਵਾਸ ਸਵਾਸ ਵਾਹਿਗੁਰੂ ਜਪੀਏ ਇਹ ਅਰਦਾਸ ਕਰੀਏ ਜਿਹੜਾ ਗੁਰੂ ਕਾ ਸਿੱਖ ਮਹਾਰਾਜ ਤੁਹਾਡੀ ਕਥਾ ਸੁਣੇਗਾ ਉਹਦੇ ਜਨਮ ਜਨਮਾਂਤਰਾਂ ਦੇ ਕਸ਼ਟ ਕੱਟੇ ਜਾਣਗੇ ਜਨਮ ਮਰਨ ਹੀ ਕੱਟਿਆ ਜਾਏਗਾ ਸ਼੍ਰੀ ਹਰਗੋਬਿੰਦ ਦੇਖ ਅਸ਼ੇਖ ਦੇਵਤਿਆਂ ਦੀ ਅਰਦਾਸ ਉਹਨਾਂ ਦੀ ਭਾਵਨਾ ਉਹਨਾਂ ਦੀ ਸ਼ਰਧਾ ਉਹਨਾਂ ਦਾ ਸਵਾਗਤ ਵੇਖ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਮ੍ਰਿਤ ਬੋਲਤ ਦੇ ਧੀਰ ਵਿਸ਼ੇਖ ਸਾਰਿਆਂ ਨੂੰ ਧੀਰਜ ਦਿੱਤਾ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕੀਤੀ
ਕਿਉਂਕਿ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਾਧ ਸੰਗਤ ਜੀ, ਜੇ ਆਪਾਂ ਹੁਣ ਵੀ ਗੁਰੂ ਸਾਹਿਬ ਨੂੰ ਛੱਡ ਕੇ ਇੱਧਰ ਦੇਵੀ ਦੇਵਤਿਆਂ ਦੀ ਪੂਜਾ 'ਚ ਪਏ ਰਹੀਏ ਤਾਂ ਫਿਰ ਸਾਡਾ ਕੀ ਹਾਲ ਹੈ? ਆਖੋ ਸ੍ਰੀ ਵਾਹਿਗੁਰੂ। ਜੇ ਐਡਾ ਸਤਿਗੁਰੂ ਛੱਡ ਕੇ, ਸੱਚਾ ਸਾਹਿਬ ਛੱਡ ਕੇ ਆਪਾਂ ਕੋਈ ਦੇਵੀ ਦੇਵਤਿਆਂ ਦੇ ਮਗਰ ਜਾਈਏ, ਉਹ ਤਾਂ ਖੁਦ ਮਹਾਰਾਜ ਨੂੰ ਪੂਜਦੇ ਹੈ। ਸਾਰੇ ਦੇਵਤੇ ਤਾਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਪੂਜਾ ਕਰਦੇ ਹੈ। ਉਹ ਤਾਂ ਕਹਿੰਦੇ ਵੀ ਸਾਡੇ ਵੱਡੇ ਗੁਰੂ ਹਨ, ਅਸੀਂ ਛੋਟੇ ਹਾਂ। ਪਰ ਅਸੀਂ ਸਿੱਖ ਜਿਹੜੇ ਹਾਂ, ਫਿਰ ਵੀ ਕਈ ਵਾਰੀ ਮੈਂ ਦੇਖਿਆ ਹੈ ਵੀ ਗੁਰੂ ਸਾਹਿਬ ਨੂੰ ਛੱਡ ਕੇ ਇੱਧਰ ਉੱਧਰ ਘੁੰਮਦੇ ਰਹਿੰਦੇ ਆ, ਦੂਜਿਆਂ ਕੋਲ ਜਾਂਦੇ, ਕਦੀ ਪੁੱਛਾਂ ਲੈਣ ਚਲੇ ਜਾਂਦੇ ਆ, ਕਦੀ ਧਾਗੇ ਲੈਣ ਚਲੇ ਜਾਂਦੇ ਆ, ਕਦੀ ਦੇਵੀ ਦਾ ਜਗਰਾਤਾ ਕਰਨ ਲੱਗ ਜਾਂਦੇ। ਨਿੰਦਾ ਵੀ ਨਹੀਂ ਕਰਨੀ ਕਿਸੇ ਦੀ, ਗੁਰੂ ਖਾਲਸੇ ਨੂੰ ਹੁਕਮ ਨਹੀਂ ਕਿਸੇ ਦੀ ਨਿੰਦਾ ਕਰਨੀ, ਕਿਉਂਕਿ ਉਹਨਾਂ ਨੇ ਕਿਹੜਾ ਨਿੰਦਾ ਕੀਤੀ, ਉਹਨਾਂ ਨੇ ਗੁਰੂ ਦਾ ਜਸ ਕੀਤਾ। ਪਰ ਸਾਨੂੰ ਸੱਚਾ ਸਾਹਿਬ ਛੱਡ ਕੇ ਉੱਥੇ ਜਾਣ ਦੀ ਲੋੜ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਣਾ। ਗੁਰੂ ਸਭ ਤੋਂ ਵੱਡੇ ਨੇ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਹਾਂਜੀ, ਕਹਿੰਦੇ ਸੁਣ ਸੁਣ ਕੇ ਦੇਵਤਿਆਂ ਨੂੰ ਬੜਾ ਆਨੰਦ ਆਇਆ ਵੀ ਮਹਾਰਾਜ ਨੇ ਸਾਡੀ ਸੇਵਾ ਕਬੂਲ ਕਰ ਲਈ ਹੈ। ਬੜੇ ਪ੍ਰੇਮ ਨਾਲ ਦੇਵਤੇ ਮਹਾਰਾਜ ਦੀਆਂ ਪਰਿਕਰਮਾ ਕਰਦੇ ਨੇ, ਆਰਤੀਆਂ ਉਤਾਰਦੇ ਨੇ, ਫੁੱਲਾਂ ਦੀ ਵਰਖਾ ਕਰਦੇ ਨੇ, ਗੁਰੂ ਸਾਹਿਬ ਦਾ ਸਵਾਗਤ ਕਰਦੇ ਨੇ। ਸਾਧ ਸੰਗਤ ਜੀ, ਆਕਾਸ਼ ਵਿੱਚ ਸੰਘਣੀ ਲਾਲੀ ਹੋ ਗਈ। ਸੰਗਤਾਂ ਵੇਖ ਰਹੀਆਂ ਅਸਮਾਨ ਇੰਨਾ ਲਾਲ ਕਿਉਂ ਹੈ? ਅਸਮਾਨ 'ਚ ਬੜੀ ਗੂੜੀ ਲਾਲੀ ਸੀ ਉਸ ਵੇਲੇ ਜਦੋਂ ਛੇਵੇਂ ਪਾਤਸ਼ਾਹ ਦਾ ਵਿਮਾਨ ਸੱਚਖੰਡ ਵੱਲ ਜਾ ਰਿਹਾ ਸੀ। ਸਾਰਿਆਂ ਦੇ ਨੇਤਰ ਆਕਾਸ਼ ਮੰਡਲ 'ਚ ਲੱਗੇ ਹੋਏ ਸਨ। ਦੇਵਤਿਆਂ ਦੇ ਅਸਚਰਜ ਕੌਤਕ ਸਵਰਗਾਂ ਵਿੱਚ ਹੋ ਰਹੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸੱਚਖੰਡ ਪ੍ਰਸਥਾਨ ਹੋ ਰਿਹਾ ਸੀ। ਕਹਿੰਦੇ ਸਾਰੇ ਦੇਵਤੇ ਮਹਾਰਾਜ ਦਾ ਸਵਾਗਤ ਕਰ ਰਹੇ ਸਨ ਤੇ ਸੰਗਤਾਂ ਥੱਲਿਓਂ ਦੇਖ ਰਹੀਆਂ ਸਨ। ਲਾਲੀ ਅਸਮਾਨ ਦਾ ਰੰਗ ਸੀਗਾ। ਵਿਮਾਨ ਉੱਥੇ ਆ ਗਏ ਨੇ, ਇਹ ਪਹਿਚਾਣ ਹੋ ਗਈ ਸੰਗਤਾਂ ਨੂੰ। ਜੈ ਜੈਕਾਰ ਹੋ ਰਹੀ ਸੀ, ਥੱਲਿਓਂ ਵੀ ਸੰਗਤਾਂ ਨੇ ਗੁਰੂ ਸਾਹਿਬ ਦੇ ਪ੍ਰੇਮ ਦੇ ਜੈਕਾਰੇ ਬੁਲਾਏ ਹਨ। ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ ਸੰਗਤਾਂ। ਫਿਰ ਗੁਰੂ ਸਾਹਿਬ ਦਾ ਵਿਮਾਨ ਉੱਪਰ ਨੂੰ ਚੱਲਿਆ ਹੈ ਤੇ ਦੇਵਤੇ ਸੁਜਾਨ ਮਹਾਰਾਜ ਦਾ ਜਸ ਕਰਦੇ ਜਾ ਰਹੇ ਨੇ। ਸਤਿਗੁਰੂ ਜੀ ਦੇ ਜੋਤੀ ਜੋਤ ਸਮਾਨ ਦੀ ਇਹ ਕਥਾ ਬਹੁਤ ਸੁੰਦਰ ਢੰਗ ਨਾਲ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਕੱਲ੍ਹ ਦੇ ਪ੍ਰਕਰਣ ਵਿੱਚ ਸੰਗਤਾਂ ਨੂੰ ਸਰਵਣ ਕਰਾਈ ਹੈ। ਆਓ ਹੁਣ ਮਹਾਰਾਜ ਜੀ ਦੇ ਸੱਚਖੰਡ ਗਮਨ ਤੋਂ ਬਾਅਦ ਪਿੱਛੇ ਸੰਗਤਾਂ ਨੇ ਗੁਰੂ ਹਰਿਰਾਏ ਸਾਹਿਬ ਜੀ ਨੇ ਕਿਸ ਤਰ੍ਹਾਂ ਸੰਸਕਾਰ ਦੀ ਤਿਆਰੀ ਕੀਤੀ ਅਤੇ ਸਤਿਗੁਰਾਂ ਦਾ ਸੰਸਕਾਰ ਕੀਤਾ, ਉਹ ਕਥਾ ਸਰਵਣ ਕਰੀਏ। ਹੁਣ ਮਹਾਰਾਜ ਦੇ ਸੱਚਖੰਡ ਗਮਨ ਤੋਂ ਬਾਅਦ ਦੀ ਕਥਾ ਸਰਵਣ ਕਰੋ।
ਹੇ ਸਰੋਤਾ ਜਨੋ ਸਾਵਧਾਨ ਹੋ ਕੇ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਔਰ ਸੱਤਵੇਂ ਪਾਤਸ਼ਾਹ ਦੇ ਚਰਨਾਂ 'ਚ ਸੁਰਤੀ ਜੋੜ ਕੇ ਕਥਾ ਸੁਣੋ। ਸਪਤ ਦਿਵਸ ਲੋ ਨਿਕਟ ਨ ਆਵਹੁ, ਸੱਤ ਦਿਨ ਸਾਡੇ ਕੋਠੇ ਦੇ ਨੇੜੇ ਨਹੀਂ ਆਉਣਾ, ਇਹ ਬਚਨ ਕੀਤਾ ਸੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ। ਕੋਸ਼ਟ ਦੁਆਰ ਨਾ ਹੱਥ ਲਗਾਵਹੁ, ਔਰ ਇਸ ਕਮਰੇ ਦੇ ਦਰਵਾਜ਼ੇ ਨੂੰ ਵੀ ਹੱਥ ਨਹੀਂ ਲਾਉਣਾ, ਕੋਈ ਖੜਕਾ ਨਹੀਂ ਕਰਨਾ, ਆਲੇ ਦੁਆਲੇ ਕੋਈ ਗੱਲਬਾਤ ਨਹੀਂ ਕਰਨੀ, ਰੌਲਾ ਰੱਪਾ ਨਹੀਂ ਕਰਨਾ, ਸਿਰਫ ਤੇ ਸਿਰਫ ਭਜਨ ਕੀਰਤਨ ਕਰਨਾ ਹੈ। ਇਸ ਤਰ੍ਹਾਂ ਕਹਿ ਕੇ ਮਹਾਰਾਜ ਇਸ ਕੋਠੇ ਵਿੱਚ ਜੋ ਪਤਾਲਪੁਰੀ ਸਾਹਿਬ ਵਿਖੇ ਸੰਗਤਾਂ ਨੇ ਬਣਾਇਆ ਸੀ ਪ੍ਰਵੇਸ਼ ਕਰ ਗਏ ਸਨ। ਔਰ ਇਹ ਵੀ ਵਰਜ ਦਿੱਤਾ ਸੀ ਵੀ ਕਿਸੇ ਨੇ ਕੋਲ ਨਹੀਂ ਆਉਣਾ, ਕੋਲ ਕੋਠੇ ਦੇ ਅੰਦਰ ਪ੍ਰਵੇਸ਼ ਨਹੀਂ ਕਰਨਾ। ਸਕਲ ਕਟੰਬ ਸਹਿਤ ਸਭ ਸੰਗਤ, ਗੁਰੂ ਸਾਹਿਬ ਦਾ ਸਾਰਾ ਪਰਿਵਾਰ, ਬਾਬਾ ਸੂਰਜਮਲ ਜੀ, ਤੇਗ ਬਹਾਦਰ ਜੀ, ਅਣੀ ਰਾਏ ਜੀ, ਭਾਈ ਭਾਨਾ ਜੀ, ਭਾਈ ਜੋਤ ਸ਼ਾਹ ਜੀ, ਗੁਰੂ ਹਰਰਾਏ ਸਾਹਿਬ, ਜਿੰਨੇ ਵੀ ਗੁਰੂ ਘਰ ਦੇ ਮੁਖੀਏ ਸਨ, ਸੰਗਤਾਂ ਸਨ, ਉਹ ਦੂਰ ਦੂਰ ਬੈਠੇ ਹੋਏ ਕੋਠੇ ਦੇ ਨੇੜੇ ਨਹੀਂ ਜਾਂਦੇ, ਹੁਕਮ ਮੰਨਿਆ ਹੋਇਆ ਪ੍ਰਵਾਨ, ਕਿਉਂਕਿ ਹੁਕਮ ਮੰਨਣਾ ਹੀ ਸਿੱਖੀ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਤਾਂ ਮਹਾਰਾਜ ਦੇ ਦਰਬਾਰ 'ਤੇ ਬੰਦਾ ਪ੍ਰਵਾਨ ਹੁੰਦਾ ਜੇ ਹੁਕਮ ਮੰਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਹੁਕਮ ਮੰਨ ਕੇ ਸੰਗਤਾਂ ਪਤਾਲਪੁਰੀ ਸਾਹਿਬ ਆਲੇ ਦੁਆਲੇ ਬਹਿ ਕੇ ਕੀਰਤਨ ਕਰਦੀਆਂ ਹਨ। ਛੇ ਦਿਨ ਛੇ ਰਾਤਾਂ ਇਸੇ ਤਰ੍ਹਾਂ ਬੀਤ ਗਈਆਂ। ਸਪਤਮ ਪ੍ਰਾਤੀ ਚਿੰਨ ਨਿਹਾਰੇ, ਤੇ ਸੱਤਵੇਂ ਦਿਨ ਸਵੇਰ ਵੇਲੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਗਮਨ ਦੀਆਂ ਨਿਸ਼ਾਨੀਆਂ ਪ੍ਰਗਟ ਹੋਣੀਆਂ ਸ਼ੁਰੂ ਹੋ ਗਈਆਂ। ਭਇਓ ਆਕਾਸ਼ ਅਰਣ ਬਹੁ ਪਰਣ, ਆਕਾਸ਼ ਦੇ ਵਿੱਚ ਰੰਗ ਲਾਲ ਹੋ ਗਿਆ, ਲਾਲੀ ਛਾ ਗਈ। ਕੁਛ ਕ ਪਰੀ ਸਭ ਕੇ ਧੁਨ ਕਰਨ, ਔਰ ਆਕਾਸ਼ ਮੰਡਲ ਤੋਂ ਕੋਈ ਗੈਬੀ ਆਵਾਜ਼ ਵੀ ਸੰਗਤਾਂ ਨੂੰ ਮਹਿਸੂਸ ਹੋਈ, ਕਿਉਂਕਿ ਜਦੋਂ ਕਿਸੇ ਦੀ ਬਿਰਤੀ ਜੁੜ ਜਾਂਦੀ ਹੈ, ਇਕਾਗਰ ਹੋ ਜਾਂਦੀ ਹੈ ਸੁਰਤ, ਤਾਂ ਫਿਰ ਬਹੁਤ ਕੁਝ ਸੁਣਾਈ ਦਿੰਦਾ ਅਤੇ ਬਹੁਤ ਕੁਝ ਦਿਖਾਈ ਦਿੰਦਾ ਹੈ। ਗੁਰੂ ਕੇ ਸਿੱਖਾਂ ਨੂੰ ਗੁਪਤ ਮੰਡਲ ਦੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ। ਸਤਿਗੁਰੂ ਜੀ ਦੇ ਜੋਤੀ ਜੋਤ ਸਮਾਣ ਦਾ ਸਮਾਂ ਬਣ ਗਿਆ ਹੈ। ਇਹ ਭਾਈ ਭਾਨਾ ਜੀ ਵਰਗੇ ਗੁਰਸਿੱਖਾਂ ਨੂੰ, ਗੁਰੂ ਹਰਰਾਏ ਸਾਹਿਬ ਜੀ ਨੂੰ, ਸਾਰੀਆਂ ਸੰਗਤਾਂ ਨੂੰ ਅਹਿਸਾਸ ਹੋ ਗਿਆ। ਜਦੋਂ ਚਾਰ ਘੜੀਆਂ ਰਾਤ ਰਹਿ ਗਈ, ਯਾਨੀ ਦਿਨ ਚੜ੍ਹਨ ਅੱਗੇ ਡੇਢ ਘੰਟਾ ਬਾਕੀ ਰਹਿ ਗਿਆ, ਸਭ ਸੰਗਤਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਜੀ ਇਸ ਵੇਲੇ ਜੋਤੀ ਜੋਤ ਸਮਾ ਗਏ ਹਨ। ਕਲਮ ਲਾਏ ਇਤ ਉਤ ਬਹੁ ਫਿਰੈ, ਗੁਰੂ ਦੇ ਸਿੱਖ ਵਿਚਾਰੇ ਬੜੇ ਵਿਆਕੁਲ ਸਨ, ਬੋਲ ਤਾਂ ਸਕਦੇ ਨਹੀਂ ਸਨ, ਮਹਾਰਾਜ ਦਾ ਹੁਕਮ ਸੀ ਰੌਲਾ ਨਹੀਂ ਪਾਉਣਾ, ਭਜਨ ਕਰਨਾ ਹੈ, ਪਰ ਮਨ ਸਿੱਖਾਂ ਦੇ ਬੜੇ ਬੇਚੈਨ ਹੋ ਰਹੇ ਸਨ ਗੁਰੂ ਸਾਹਿਬ ਦੇ ਵਿਛੋੜੇ ਕਰਕੇ। ਕੋਸ਼ਟ ਨਿਕਟ ਨਾ ਪਹੁੰਚਣ ਪਰ, ਕੋਠਾ ਸਾਹਿਬ ਦੇ ਲਾਗੇ ਕੋਈ ਜਾ ਨਹੀਂ ਸੀ ਸਕਦਾ। ਯੋਧਾ ਸਨਦਬਦ ਬਹੁ ਕਾਢੇ, ਗੁਰੂ ਸਾਹਿਬ ਦੀ ਫੌਜ ਦੇ ਯੋਧੇ ਸ਼ਸਤਰਧਾਰੀ ਸਨਦਬਦ ਹੋ ਕੇ ਤਿਆਰ ਬਰ ਤਿਆਰ ਹੋ ਕੇ ਪਹਿਰਾ ਦੇ ਰਹੇ ਸਨ। ਔਰ ਚਾਰੇ ਪਾਸਿਓਂ ਵਰਜਦੇ ਸਨ, ਕਿਸੇ ਨੂੰ ਅੱਗੇ ਨਹੀਂ ਸੀ ਆਣ ਦਿੰਦੇ। ਸੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਖਬਰ ਹੋਈ,
ਸੀ। ਹੁਕਮ ਗੁਰੂ ਕੋ ਤਬ ਟਿਗ ਨਿਮੇ, ਤਾਂ ਉਹ ਹੁਕਮ ਸੀ ਵੀ ਜਦੋਂ ਸਵਾ ਪੈਰ ਦਿਨ ਚੜੇਗਾ ਉਦੋਂ ਨੇੜੇ ਜਾਣਾ ਹੈ। ਸ਼੍ਰੀ ਹਰਿ ਰਾਏ ਪ੍ਰਥਮ ਟਿਗ ਜਾਏ, ਸੋ ਪਹਿਲਾਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕੋਲ ਜਾਣਗੇ। ਨਿਜ ਕਰ ਦੁਆਰ ਕੇ ਬਾਹਰ ਖੁਲਾਏ, ਉਹ ਆਪਣੇ ਹੱਥੀ ਦਰਵਾਜ਼ਾ ਖੋਲਣਗੇ। ਤਿੰਨ ਪਾਤਸ਼ਾਹ ਦਰ ਸਹ ਸਭ ਕੋਏ, ਉਸ ਤੋਂ ਬਾਅਦ ਸੰਗਤਾਂ ਦਰਸ਼ਨ ਕਰਨਗੀਆਂ ਸਾਰੀਆਂ। ਅਪਰ ਕਾਮਨਾ ਪੂਰਨ ਹੋਏ, ਸਭ ਦੀਆਂ ਕਾਮਨਾ ਪੂਰਨ ਹੋਣਗੀਆਂ। ਇਮ ਸਭ ਮਹਿਪਿਤ ਤਾਇ ਬ੍ਰਤਾਂ, ਇਹ ਗੱਲ ਸਾਰਿਆਂ ਵਿੱਚ ਪ੍ਰਗਟ ਸੀ, ਪ੍ਰਸਿੱਧ ਸੀ। ਮਿਲ ਕਰ ਬੈਠ ਕਰ ਹੈ ਬਖਿਆਤ, ਔਰ ਸਾਧ ਸੰਗਤ ਜੀ ਸਾਰੇ ਗੁਰਸਿੱਖ ਇਸ ਤਰ੍ਹਾਂ ਵਿਚਾਰ ਕਰਕੇ ਬੈਠੇ ਸਨ। ਸਵਾ ਪਹਿਰ ਦਿਨ ਜਬ ਚੜ ਆਇਓ, ਜਦੋਂ ਸਵਾ ਪਹਿਰ ਦਿਨ ਚੜ ਗਿਆ ਯਾਨੀ ਕਿ ਸੱਤਵੇਂ ਦਿਨ ਦੇ ਦੁਪਹਿਰ ਦੇ ਨੇੜੇ ਟਾਈਮ ਹੋ ਗਿਆ, 10-11 ਵਜੇ ਦਾ ਸਮਾਂ ਹੋ ਗਿਆ। ਸ਼੍ਰੀ ਹਰਿ ਰਾਏ ਦਾ ਲਖ ਪਾਇਆ, ਸ਼੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣ ਕੇ ਵੀ ਉਹ ਸਮਾਂ ਹੈ ਜਦੋਂ ਹੁਣ ਦਰਵਾਜ਼ਾ ਖੋਲ੍ਹਣ ਦਾ ਹੁਕਮ ਹੈ। ਭਾਈ ਜੋਤ ਜੀ ਤੇ ਭਾਈ ਭਾਨਾ ਸਾਹਿਬ ਜੀ ਨੂੰ ਨਾਲ ਲਿਆ ਹੈ। ਸੂਰਜ ਮਲ ਸੁਜਾਨ, ਔਰ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ ਬਾਬਾ ਸੂਰਜ ਮਲ ਜੀ ਵੀ ਨਾਲ ਹਨ। ਭਾਈ ਰੂਪਾ ਆਦਿ ਸਿੱਖ, ਭਾਈ ਰੂਪਾ ਵਰਗੇ ਗੁਰੂ ਕੇ ਮਹਾਨ ਸਿੱਖ, ਆਨ ਮਸੰਦ ਮਹਾਨ, ਔਰ ਗੁਰੂ ਘਰ ਦੇ ਮੁਖੀਏ ਮਸੰਦ ਅੱਗੇ ਵਧੇ ਹਨ। ਸਮੀਪ ਸ਼੍ਰੀ ਤੇਗ ਬਹਾਦਰ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਉਦੋਂ 23 ਸਾਲਾਂ ਦੇ ਸਨ, ਕੋਲ ਖੜੇ ਹਨ। ਸ਼੍ਰੀ ਹਰਿ ਰਾਏ ਸਭਨ ਮਹਿ ਸਾਦਰ, ਸ਼੍ਰੀ ਹਰਿ ਰਾਏ ਜੀ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਜੀ ਉਹਨਾਂ ਦੇ ਵਿਚਕਾਰ ਖੜੇ ਹਨ ਬਹੁਤ ਸਤਿਕਾਰ ਦੇ ਨਾਲ। ਭਾਈ ਸੂਰਜ ਬਾਬਾ ਸੂਰਜਮਲ ਜੀ, ਭਾਈ ਰੂਪਾ ਜੀ, ਭਾਈ ਭਾਨਾ ਜੀ ਨੇ ਗੁਰੂ ਹਰਿ ਰਾਏ ਸਾਹਿਬ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਆਪ ਜੀ ਉੱਠ ਕੇ ਕੋਠਾ ਸਾਹਿਬ ਦਾ ਦਰਵਾਜ਼ਾ ਖੋਲੋ। ਜਿਮ ਸ਼੍ਰੀ ਹਰਗੋਬਿੰਦ ਉਚਾਰਾ, ਜਿਸ ਤਰ੍ਹਾਂ ਸਤਿਗੁਰੂ ਜੀ ਨੇ ਹੁਕਮ ਲਾਇਆ ਸੀ ਵੀ ਪਹਿਲਾਂ ਸ਼੍ਰੀ ਹਰਿ ਰਾਏ ਜੀ ਦਰਵਾਜ਼ਾ ਖੋਲਣਗੇ, ਫਿਰ ਦੂਜੀਆਂ ਸੰਗਤਾਂ ਦਰਸ਼ਨ ਕਰਨਗੀਆਂ। ਸਵਾ ਜਾਮ ਅਬ ਸਪਤਮ ਦਿਨ ਕੋ, ਸੱਤਵੇਂ ਦਿਨ ਦਾ ਸਵਾ ਪਹਿਰ ਚੜ ਗਿਆ, ਜੋ ਗੁਰੂ ਸਾਹਿਬ ਨੇ ਸਮਾਂ ਦੱਸਿਆ ਸੀ ਉਹ ਸਮਾਂ ਹੋ ਚੁੱਕਾ ਹੈ। ਕਰੋ ਸੰਭਾਰਨ ਗੁਰੂ ਬਚਨ ਕੋ, ਹੁਣ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਨੂੰ ਯਾਦ ਕਰੋ ਤੇ ਆਪ ਉੱਠ ਕੇ ਦਰਵਾਜ਼ਾ ਖੋਲੋ। ਸਾਧ ਸੰਗਤ ਜੀ ਮਹਾਰਾਜ ਨੇ 4 ਘੜੀ ਰਾਤ ਰਹਿੰਦੀ ਅੰਮ੍ਰਿਤ ਵੇਲੇ ਯਾਨੀ ਕੋਈ 1.5 ਘੰਟਾ ਰਹਿੰਦਾ ਸੀ ਅਜੇ ਦਿਨ ਚੜ੍ਹਨ ਅੱਗੇ। ਜਿਵੇਂ ਮੰਨ ਲਓ ਚੇਤਰ ਦੇ ਮਹੀਨੇ ਵਿੱਚ 6:30 ਵਜੇ ਦਿਨ ਚੜ੍ਹਦਾ ਹੈ ਅੰਦਾਜ਼ਾ, 5 ਵਜੇ ਮਹਾਰਾਜ ਜੋਤੀ ਜੋਤ ਸਮਾ ਗਏ ਸਨ। ਹਾਂਜੀ, ਉਸ ਵੇਲੇ ਸਾਰੀਆਂ ਨਿਸ਼ਾਨੀਆਂ ਸਤਿਗੁਰਾਂ ਦੇ ਜੋਤੀ ਜੋਤ ਸਮਾਣ ਦੀਆਂ ਪ੍ਰਗਟ ਹੋ ਗਈਆਂ ਸਨ। ਫਿਰ ਗੁਰੂ ਹਰਿ ਰਾਏ ਸਾਹਿਬ ਜੀ ਨੇ ਉਸੇ ਵੇਲੇ ਤਿਆਰ ਬਰ ਤਿਆਰ ਹੋਏ, ਇਸ਼ਨਾਨ ਕੀਤਾ। ਭਾਵੇਂ ਅੰਮ੍ਰਿਤ ਵੇਲੇ ਵੀ ਮਹਾਰਾਜ ਇਸ਼ਨਾਨ ਕਰਦੇ ਸੀ, ਪਰ ਜਿਹੜੀ ਗੁਰੂ ਦੀ ਆਗਿਆ ਸੀ, ਗੁਰੂ ਦਾ ਹੁਕਮ ਸੀ, ਉਹਦੇ ਮੁਤਾਬਕ ਫਿਰ ਦੁਬਾਰਾ ਇਸ਼ਨਾਨ ਕੀਤਾ ਹੈ। ਔਰ ਨਵੇਂ ਬਸਤਰ ਨਵੀਂ ਦਸਤਾਰ ਸਜਾਈ ਹੈ। ਜਪ ਜੀ ਪਟ ਕਰ ਦੁਆਰ ਅਗਾਰੀ, ਔਰ ਕੋਠਾ ਸਾਹਿਬ ਦੇ ਬੂਹੇ ਅੱਗੇ ਬੈਠ ਕੇ ਸੰਪੂਰਨ ਸ੍ਰੀ ਜਪਜੀ ਸਾਹਿਬ ਦਾ ਪਾਠ, ਮਨ ਬਿਰਤੀਆਂ ਜੋੜ ਕੇ ਬੜੇ ਪਿਆਰ ਨਾਲ ਸੱਤਵੇਂ ਪਾਤਸ਼ਾਹ ਜੀ ਨੇ ਆਪ ਕੀਤਾ ਹੈ। ਹੱਥ ਜੋੜ ਤਬ ਬੰਧਨ ਧਾਰੀ, ਔਰ ਫਿਰ ਹੱਥ ਜੋੜ ਕੇ
ਕੋਠਾ ਸਾਹਿਬ ਦੇ ਦਰਵਾਜ਼ੇ ਤੇ ਮੱਥਾ ਟੇਕਿਆ ਹੈ। ਅੰਤਰ ਦੇਸ਼ਾਂ ਕਰ ਖਲ ਗਈ। ਜਦੋਂ ਮਹਾਰਾਜ ਸੱਤਵੇਂ ਪਾਤਸ਼ਾਹ ਨੇ ਜਪਜੀ ਸਾਹਿਬ ਪੜ੍ਹਿਆ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਦੇ ਮੁਖ ਉਜਲੇ, ਕੇਤੀ ਛੁੱਟੀ ਨਾਲ ਕਹਿ ਕੇ ਦਰਵਾਜ਼ੇ ਦੇ ਉੱਤੇ ਮੱਥਾ ਟੇਕਿਆ, ਅੰਦਰੋਂ ਕੜਕ ਕਰਕੇ ਕੁੰਡੀ ਖੋਲ੍ਹਣ ਦੀ ਆਵਾਜ਼ ਆਈ ਹੈ। ਸੱਤਵੇਂ ਪਾਤਸ਼ਾਹ ਜੀ ਨੇ ਜਦੋਂ ਇਹ ਆਵਾਜ਼ ਸੁਣੀ, ਮਹਾਰਾਜ ਸਾਰਿਆਂ ਸਮੇਤ ਬਾਬਾ ਸੂਰਜਮੱਲ ਜੀ, ਬਾਬਾ ਤੇਗ ਬਹਾਦਰ ਜੀ, ਬਾਬਾ ਭਾਨਾ ਜੀ, ਜੋਤ ਸ਼ਾਹ ਜੀ, ਭਾਈ ਰੂਪਾ ਜੀ ਸਮੇਤ ਖੜ੍ਹੇ ਸਨ। ਜਦੋਂ ਅੰਦਰੋਂ ਆਵਾਜ਼ ਆਈ, ਸਾਰਿਆਂ ਨੂੰ ਸੁਣਾਈ ਦਿੱਤੀ ਹੈ, ਖੋਲੇ ਦਵਾਰ ਕੇ ਵਾਰ ਹਟਾਏ, ਅੰਦਰੋਂ ਕੁੰਡੀ ਖੁੱਲ ਗਈ ਆਪਣੇ ਆਪ, ਤਾਂ ਗੁਰੂ ਹਰਿਰਾਇ ਸਾਹਿਬ ਜੀ ਨੇ ਇਸ ਤਰ੍ਹਾਂ ਆਪਣੇ ਦੋਵਾਂ ਕਰ ਕਮਲਾਂ ਦੇ ਨਾਲ ਤਖਤੇ ਨੂੰ ਧੱਕਿਆ ਹੈ ਤੇ ਦਰਵਾਜ਼ਾ ਖੋਲਿਆ ਹੈ। ਸਾਹਮਣੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਪਦਮਾਸਣ ਬੈਠੇ ਨੇ ਤੇ ਕੰਧ ਦੇ ਨਾਲ ਢੋਲ ਆ ਕੇ ਬੈਠੇ ਨੇ। ਪਦਮਾਸਣ ਕਰ ਥਰੇ ਕਸਾਈ, ਪਦਮਾਸਣ ਲਾ ਕੇ ਮਹਾਬਲੀ ਸੂਰਬੀਰ ਯੋਧੇ ਦੇਗ ਤੇਗ ਦੇ ਧਨੀ ਮੀਰੀਆਂ ਪੀਰੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਹਨ। ਲੋਚਨ ਮੁੰਦਰਿਤ ਜੋਗੀ ਨਿਆਈ, ਔਰ ਨੇਤਰ ਇਸ ਤਰ੍ਹਾਂ ਬਾਂਧਣ ਜਿਵੇਂ ਕੋਈ ਜੋਗੀ ਸਮਾਧੀ ਚ ਬੈਠਾ ਹੋਵੇ। ਅੰਤਰ ਭਰ ਕਰ ਜਾਇ ਨਿਹਾਰੇ, ਮਹਾਰਾਜ ਸੱਤਵੇਂ ਪਾਤਸ਼ਾਹ ਜੀ ਅੰਦਰ ਗਏ ਤੇ ਜਾ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ। ਸਵਾਸ ਨਾ ਆਵਤ ਦੇਹ ਮਝਾਰੇ, ਦੇਖਿਆ ਹੈ ਵੀ ਸਰੀਰ ਦੇ ਵਿੱਚ ਹੁਣ ਸਵਾਸ ਨਹੀਂ ਆ ਰਹੇ, ਸਵਾਸਾਂ ਦੀ ਗਤੀ ਰੁਕ ਚੁੱਕੀ ਹੈ, ਸਰੀਰ ਜਿਹੜਾ ਹੈ ਉਹ ਸਵਾਸਾਂ ਤੋਂ ਰਹਿਤ ਹੋ ਗਿਆ ਹੈ। ਜਾਏ ਤਿਨਹੋ ਅਭਿਬੰਧਨ ਕਰੀ, ਸਾਰਿਆਂ ਨੇ ਪਹਿਲਾਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ, ਮਹਾਰਾਜ ਸੱਤਵੇਂ ਪਾਤਸ਼ਾਹ ਜੀ ਨੇ ਮੱਥਾ ਟੇਕਿਆ, ਫਿਰ ਬਾਕੀ ਗੁਰੂ ਦੇ ਪੁੱਤਰਾਂ ਨੇ ਮੱਥਾ ਟੇਕਿਆ। ਦਿਓ ਹੁਕਮ ਸਭ ਕੋ ਤਿਸ ਕਰੀ, ਤੇ ਸੱਤਵੇਂ ਪਾਤਸ਼ਾਹ ਨੇ ਫਿਰ ਸਾਰਿਆਂ ਨੂੰ ਹੁਕਮ ਦਿੱਤਾ, ਚੰਦਨ ਆਦਿ ਸਮੱਗਰੀ ਭਾਰੀ, ਬਈ ਹੁਣ ਛੇਤੀ ਕਰੋ ਸੰਸਕਾਰ ਦੀ ਸਮੱਗਰੀ ਲਿਆਓ, ਚੰਦਨ ਦੀ ਭਾਰ ਚੁੱਕ ਕੇ ਮੰਗਾਓ। ਕੀ ਜਿਹਾ ਤਿਆਰੀ ਬਿਲਮ ਵਿਸਾਰੀ, ਬਿਨਾਂ ਦੇਰੀ ਦੇ ਇਸ ਜਗ੍ਹਾ ਤੇ ਪਤਾਲਪੁਰੀ ਦੀ ਧਰਤੀ ਤੇ ਮਹਾਰਾਜ ਦਾ ਸੰਸਕਾਰ ਹੋਣਾ ਹੈ। ਸਾਰਾ ਸਮਾਨ ਲੱਕੜ ਜੋ ਸੰਸਕਾਰ ਵਾਸਤੇ ਵਧੀਆ ਲੱਕੜ ਹੁੰਦੀ ਹੈ, ਸਾਧ ਸੰਗਤ ਜੀ ਚੰਦਨ ਦੀ, ਬੇਰੀ ਦੀ, ਇਸ ਤਰ੍ਹਾਂ ਦੀ ਮਹਾਰਾਜ ਸਾਹਿਬ ਜੀ ਵਾਸਤੇ ਲੱਕੜ ਲਿਆਂਦੀ ਗਈ ਸੰਸਕਾਰ ਵਾਸਤੇ। ਸ੍ਰੀ ਹਰਿ ਰਾਇ ਸੋ ਪਾਨਾ ਸਾਗਰ, ਭਾਈ ਭਾਨਾ ਜੀ ਤੇ ਗੁਰੂ ਹਰਿ ਰਾਇ ਸਾਹਿਬ ਜੀ, ਸੱਤਵੇਂ ਪਾਤਸ਼ਾਹ ਮਹਾਰਾਜ ਸੂਰਜਮੱਲ, ਸ੍ਰੀ ਤੇਗ ਬਹਾਦਰ, ਬਾਬਾ ਸੂਰਜਮੱਲ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ, ਰਾਏ ਜੋਧਪੁਰ ਮੁੱਖ ਮਸੰਦ, ਭਾਈ ਜੋਧ ਸ਼ਾਹ ਜੀ, ਭਾਈ ਰੂਪਾ ਜੀ, ਗੁਰੂ ਘਰ ਦੇ ਹੋਰ ਮੁਖੀ ਮਸੰਦ, ਜਿੰਨੇ ਵੀ ਮਹਾਂਪੁਰਸ਼ ਭਾਈ ਭਗਤੂ ਜੀ ਵਰਗੇ ਆਏ ਬਿਲੋਕੇ ਮਿਲ ਕੇ ਬ੍ਰਿੰਦ, ਅੰਦਰ ਆ ਗਏ ਨੇ, ਕੋਠੇ ਦੇ ਅੰਦਰ ਵੜ ਗਏ ਨੇ ਤੇ ਗੁਰੂ ਸਾਹਿਬ ਜੀ ਦੇ ਸਮਾਧੀ ਚ ਬੈਠਿਆਂ ਦੇ ਚੌਂਕੜਾ ਲੱਗਾ ਹੋਇਆ, ਪਦਮ ਆਸਣ ਬੈਠੇ ਨੇ, ਦੀਵਾਰ ਦੇ ਨਾਲ ਢਾਸਣਾ ਲਾਇਆ ਹੋਇਆ ਹੈ, ਜਿਵੇਂ ਕੋਈ ਜੋਗੀ ਬਹੁਤ ਲੰਮੀ ਸਮਾਧੀ 'ਚ ਬੈਠਾ ਹੋਵੇ। ਇਸ ਤਰ੍ਹਾਂ ਮਹਾਰਾਜ ਚਿਹਰੇ 'ਤੇ ਕੋਈ ਚਿੰਨ੍ਹ ਨਹੀਂ, ਕੋਈ ਮੁਰਝਾਇਆ ਨਹੀਂ ਚਿਹਰਾ, ਚਿਹਰਾ ਉੱਦਾਂ ਹੀ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਹੋਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ, ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਹਨ।
ਕੁਛ ਆਸਨ ਪਰ ਗੁਰਪੜਾਏ। ਫਿਰ ਸਾਰਿਆਂ ਨੇ ਰਲ ਕੇ ਸਤਿਗੁਰੂ ਜੀ ਨੂੰ ਆਸਣ ਤੇ ਲੰਮਿਆਂ ਪਾਇਆ ਹੈ। ਤਦਰਵ ਕੋ ਸਚ ਨੀਰ ਅਨਾਏ, ਔਰ ਦਰਿਆ ਸਤਲੁਜ ਦਾ ਜਲ ਸੰਗਤਾਂ ਗਾਗਰਾਂ ਭਰ ਭਰ ਕੇ ਲਿਆ ਰਹੀਆਂ ਹਨ। ਮਿਲ ਵਹ ਕਰਵਾਏ ਇਸ਼ਨਾਨ, ਸਾਰਿਆਂ ਨੇ ਬਾਬਾ ਸੂਰਜਮਲ ਜੀ, ਬਾਬਾ ਤੇਗ ਬਹਾਦਰ ਜੀ, ਗੁਰੂ ਹਰ ਰਾਏ ਸਾਹਿਬ ਜੀ, ਭਾਈ ਭਾਨਾ ਜੀ, ਭਾਈ ਭਗਤੂ ਜੀ, ਭਾਈ ਰੂਪਾ ਜੀ ਵਰਗੇ ਸਾਰੇ ਮਹਾਨ ਸਿੱਖਾਂ ਨੇ ਰਲ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਅੰਤਮ ਇਸ਼ਨਾਨ ਕਰਾਇਆ ਹੈ। ਕਵੀ ਜੀ ਕਹਿੰਦੇ ਆ, ਚਿਹਰੇ ਦੀ ਜੋਤ ਇਉਂ ਹੈ ਵੀ ਜਿਉਂਦੇ ਹਨ, ਜਿਵੇਂ ਕਿਸੇ ਜਿਉਂਦੇ ਬੰਦੇ ਦਾ ਚਿਹਰਾ ਹੁੰਦਾ ਹੈ ਅਤੇ ਜੇ ਚੜ੍ਹਾਈ ਕਰ ਜਾਵੇ ਤਾਂ ਸਾਧ ਸੰਗਤ ਜੀ ਚਿਹਰਾ ਕੁਮਲਾ ਜਾਂਦਾ ਹੈ। ਪਰ ਮਹਾਂਪੁਰਸ਼ਾਂ ਦਾ ਦਾਸ ਨੇ ਦੋ ਚਾਰ ਵਾਰੀ ਐਸੇ ਸੀਨ ਦੇਖੇ ਹਨ ਜਿਹੜੇ ਬੰਦਗੀ ਵਾਲੀਆਂ ਰੂਹਾਂ ਸਨ। ਸਾਰਿਆਂ ਦਾ ਤਾਂ ਨਹੀਂ ਦੇਖਿਆ ਜਾਂਦਾ, ਚਿਹਰਾ ਵੇਖਣ ਵਾਲਾ ਰਹਿੰਦਾ ਹੀ ਨਹੀਂ, ਦੋ ਚਾਰ ਘੰਟਿਆਂ ਤੋਂ ਬਾਅਦ ਤਾਂ ਚਿਹਰਾ ਬਹੁਤਾ ਕੁਮਲਾਉਣਾ ਸ਼ੁਰੂ ਹੋ ਜਾਂਦਾ ਹੈ। ਪਰ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਿਹਰਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ, ਜਿਵੇਂ ਜਿਉਂਦੇ ਹਨ, ਹੁਣੇ ਬੋਲ ਪੈਣਗੇ। ਸਾਧ ਸੰਗਤ ਜੀ, ਮਹਾਰਾਜ ਨੂੰ ਇਸ਼ਨਾਨ ਕਰਾਇਆ, ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਸੰਗਤਾਂ ਨੇ ਬਹੁਤ ਸੁੰਦਰ ਵਸਤਰ ਮਹਾਰਾਜ ਨੂੰ ਪਵਾਏ ਹਨ। ਬਹੁਤ ਸੰਗਤਾਂ ਨੇ ਬੜਾ ਸੁੰਦਰ ਵਿਮਾਨ ਮਹਾਰਾਜ ਦਾ ਬਣਾਇਆ ਹੈ। ਬੜੇ ਪਸ਼ਮੀਨੇ ਦੇ ਸੁੰਦਰ ਦੁਸ਼ਾਲਿਆਂ ਦੇ ਨਾਲ ਢੱਕ ਕੇ ਜਰੀਦਾਰ ਕੱਪੜੇ ਪਾਏ, ਸੁੰਦਰ ਸੁੰਦਰ ਦੁਸ਼ਾਲੇ ਮਹਾਰਾਜ ਮੀਰੀ ਪੀਰੀ ਦੇ ਮਾਲਕ। ਅੱਜ ਤਾਈਂ ਦੁਨੀਆਂ 'ਤੇ ਕੋਈ ਇਹੋ ਜਿਹਾ ਸੂਰਮਾ, ਇਹੋ ਜਿਹਾ ਅਵਤਾਰ, ਇਹੋ ਜਿਹਾ ਪੈਗੰਬਰ, ਇਹੋ ਜਿਹਾ ਯੋਧਾ, ਇਹੋ ਜਿਹਾ ਸੰਤ, ਇਹੋ ਜਿਹਾ ਸਿਪਾਹੀ ਹੋਇਆ ਹੀ ਨਹੀਂ। ਸਾਰੇ ਹੀ ਗੁਣ ਪੂਰੇ ਸਨ। ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦੀ ਛੇਵੀਂ ਜੋਤ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਦਲ ਭੰਜਨ ਗੁਰ ਸੂਰਮਾ, ਬੜ ਯੋਧਾ ਬੋ ਪਰ ਉਪਕਾਰੀ ਮਹਾਰਾਜ ਮਹਾਂਬਲੀ ਸਤਿਗੁਰੂ ਜੀ, ਜਿਨ੍ਹਾਂ ਦੇ ਸਾਹਮਣੇ ਨੱਥਾ ਅਤੇ ਅਬਦੁੱਲਾ ਨੇ ਵਾਰ ਗਾਈ ਸੀ, ਪੱਗ ਤੇਰੀ ਕੀ ਜਹਾਂਗੀਰ ਦੀ, ਇਹ ਪਾਤਸ਼ਾਹ ਇੱਜ਼ਤ ਤਾਂ ਤੇਰੀ ਹੈ, ਜਹਾਂਗੀਰ ਦੀ ਤੇਰੇ ਸਾਹਮਣੇ ਕੀ ਔਕਾਤ ਹੈ। ਇਹੋ ਜਿਹੇ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਮਾਨ ਵੀ ਸੰਗਤਾਂ ਨੇ ਬੜੇ ਪਿਆਰ ਨਾਲ ਬਹੁਤ ਵਧੀਆ ਵਧੀਆ ਦੁਸ਼ਾਲੇ ਲਾ ਕੇ ਸਜਾਇਆ ਹੈ। ਬਾਗਾਂ ਵਿੱਚੋਂ ਸੋਹਣੇ ਸੋਹਣੇ ਗੁਲਾਬ ਦੇ, ਗੇਂਦੇ ਦੇ, ਚਮੇਲੀ ਦੇ, ਚੰਪਕ ਦੇ ਵਧੀਆ ਵਧੀਆ ਫੁੱਲ ਮੰਗਵਾਏ ਹਨ। ਫੁੱਲਾਂ ਦੀਆਂ ਮਾਲਾ ਲਿਆ ਲਿਆ ਕੇ ਮਹਾਰਾਜ ਦੇ ਵਿਮਾਨ ਨਾਲ ਲਟਕਾਈਆਂ ਹਨ। ਸਾਧ ਸੰਗਤ ਜੀ, ਵਿਮਾਨ ਦੇ ਆਲੇ ਦੁਆਲੇ ਫੁੱਲ ਲਾ ਕੇ ਬੜੀ ਸ਼ਰਧਾ ਨਾਲ ਸਿੱਖਾਂ ਨੇ ਆਪਣੇ ਸਤਿਗੁਰੂ ਨੂੰ ਅੰਤਮ ਵਿਦਾਈ ਦਿੱਤੀ ਹੈ। ਆ ਬੜਾ ਸੁੰਦਰ ਵਿਮਾਨ ਜਿਹਦੀ ਸੋਭਾ ਹੀ ਦੇਖ ਕੇ ਮਨ ਮੋਹਿਆ ਜਾਵੇ, ਇਤਨਾ ਸੁੰਦਰ ਵਿਮਾਨ ਸਜਾਇਆ ਹੈ। ਫੁੱਲਾਂ ਦੇ ਨਾਲ ਢੱਕ ਦਿੱਤਾ ਹੈ ਮਹਾਰਾਜ ਦਾ ਵਿਮਾਨ ਛੇਵੇਂ ਪਾਤਸ਼ਾਹ ਜੀ ਦਾ। ਬੜੀਆਂ ਬੜੀਆਂ ਸੁਗੰਧੀਆਂ ਵਾਲੇ ਕੇਵੜਾ, ਗੁਲਾਬ, ਕੇਸਰ, ਚੰਦਨ ਦਾ ਛਿੜਕਾਉ ਕੀਤਾ ਹੈ। ਗੁਰੂ ਘਰ ਦੇ ਕੀਰਤਨੀਏ ਚਤਰੇ ਵਰਗੇ ਰਬਾਬੀ ਕੀਰਤਨ ਕਰਦੇ ਹਨ ਬੜੇ ਬੈਰਾਗ ਦੇ ਵਿੱਚ।
ਮਹਾਰਾਜ ਦੀ ਬਾਣੀ ਜੋ ਵਡਾਂਸ ਰਾਗ ਵਿੱਚ ਅਲਾਣੀਆਂ ਲਿਖੀਆਂ ਹਨ। ਗੁਰੂ ਨਾਨਕ ਸਾਹਿਬ ਜੀ ਨੇ ਇਹੋ ਜਿਹੇ ਮਾਰੂ ਰਾਗ ਦੇ ਬੜੇ ਸ਼ਬਦ ਹਨ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪਰੇ ਜੋ ਹਟੈ ਹਾਟ ਬਿਕਾਏ। ਇੱਦਾਂ ਦੀ ਬਾਣੀ ਪੜ੍ਹਦੇ ਹੋਏ ਗੁਰੂ ਸਾਹਿਬ ਦਾ ਵਿਮਾਨ ਚੁੱਕਿਆ ਹੈ। ਮਾਰੂ ਰਾਗ ਤੇ ਵਡਹੰਸ ਰਾਗ ਲਾ ਲਾ ਕੇ ਰਾਗੀ ਬਾਣੀ ਪੜ੍ਹਦੇ ਹਨ, ਕੀਰਤਨ ਕਰਦੇ ਹਨ। ਸਾਧ ਸੰਗਤ ਜੀ, ਉਸ ਵੇਲੇ ਗੁਰੂ ਸਾਹਿਬ ਜੀ ਦੀਆਂ ਦੋਵੇਂ ਪਤਨੀਆਂ ਮਾਤਾ ਮਰਵਾਈ ਤੇ ਮਾਤਾ ਨਾਨਕੀ ਜੀ ਆ ਗਈਆਂ। ਨਗਰ ਦੀਆਂ ਬੀਬੀਆਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਤੇ ਬਹੁਤ ਇਕੱਠ ਹੋ ਗਿਆ ਪਤਾਲਪੁਰੀ ਸਾਹਿਬ। ਸਾਧ ਸੰਗਤ ਜੀ, ਇਹ ਬੀਬੀਆਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਗੁਣਾਂ ਨੂੰ ਯਾਦ ਕਰਦੀਆਂ ਹਨ। ਨੇਤਰਾਂ ਵਿੱਚੋਂ ਹੰਝੂਆਂ ਦੀ ਧਾਰਾ ਵਗਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਦੀ ਯਾਦ ਆਉਂਦੀ ਹੈ, ਸਾਰਿਆਂ ਦੇ ਮਨ ਵਿਆਕੁਲ ਹੋ ਜਾਂਦੇ ਹਨ। ਹਾਂਜੀ, ਤੇ ਸਾਧ ਸੰਗਤ ਜੀ, ਇੰਨਾ ਬੈਰਾਗ ਹੋ ਗਿਆ ਕਿ ਸਿਰ ਦੇ ਕੇਸਾਂ ਨੂੰ ਸੰਭਾਲਣ ਦੀ ਸੁੱਧ ਨਹੀਂ ਰਹੀ। ਜਿਵੇਂ ਕੇਸ ਖੁੱਲ ਜਾਂਦੇ ਆ ਨਾ ਰੋਂਦਿਆਂ ਰੋਂਦਿਆਂ ਮਾਈਆਂ ਦੇ, ਇਹਨੂੰ ਕਰੁਣਾ ਰਸ ਕਹਿੰਦੇ। ਕਵੀ ਜੀ ਨੇ ਨਾ ਨੌ ਰਸਾਂ ਵਿੱਚ ਕਾਵਿ ਲਿਖਿਆ ਹੈ, ਕਿਤੇ ਵੀਰ ਰਸ, ਕਿਤੇ ਸ਼ਾਂਤ ਰਸ, ਕਿਤੇ ਕਰੁਣਾ ਰਸ, ਕਿਤੇ ਵੈਰਾਗ, ਕਿਤੇ ਬੀਬਤਸ, ਕਿਤੇ ਸਾਧ ਸੰਗਤ ਜੀ ਅਦਭੁਤ ਰਸ। ਸੋ ਇੱਥੇ ਕਰੁਣਾ ਰਸ ਹੈ ਨਾ, ਇਸ ਕਰਕੇ ਕਵੀ ਜੀ ਬਿਆਨ ਕਰ ਰਹੇ ਨੇ ਕਿ ਮਾਈਆਂ ਬਹੁਤ ਵੈਰਾਗ ਕਰਦੀਆਂ ਹਨ। ਸਾਰੀਆਂ ਮਾਈਆਂ ਬੀਬੀਆਂ ਮਾਤਾ ਨਾਨਕੀ ਜੀ ਤੇ ਮਾਤਾ ਮਰਵਾਈ ਜੀ ਦੇ ਕੋਲ ਆ ਕੇ ਬੈਰਾਗ ਕਰਦੀਆਂ ਹਨ। ਹਜ਼ਾਰਾਂ ਸਿੱਖ ਖੜੇ ਹਨ, ਸਾਰਿਆਂ ਦੀਆਂ ਅੱਖਾਂ ਦੇ ਵਿੱਚ ਬੈਰਾਗ ਦਾ ਜਲ ਛਾਇਆ ਹੋਇਆ ਹੈ। ਭਾਵੇਂ ਗੁਰੂ ਸਾਹਿਬ ਦਾ ਹੁਕਮ ਸੀ, ਸਾਡੇ ਪਿੱਛੋਂ ਰੋਣਾ ਨਹੀਂ ਕਿਸੇ ਨੇ, ਕਿਸੇ ਦੀਆਂ ਅੱਖਾਂ 'ਚ ਹੰਝੂ ਨਹੀਂ ਆਉਣੇ ਚਾਹੀਦੇ, ਪਰ ਸਾਧ ਸੰਗਤ ਜੀ ਜਿਸ ਪਿਆਰੇ ਸਿਓ ਨੇ ਹੋ ਤਿਸੇ ਅੱਗੇ ਮਰ ਚੱਲੀਏ, ਪੱਥਰ ਵੀ ਨਹੀਂ ਬਣਿਆ ਜਾਂਦਾ। ਇਨਸਾਨ ਦਾ ਦਿਲ ਹੈ, ਗੁਰੂ ਨਾਲ ਪਿਆਰ ਸੀ ਅਤੇ ਗੁਰੂ ਸਾਹਿਬ ਦੀ ਯਾਦ ਵਿੱਚ ਸਿੱਖਾਂ ਦੇ ਹੰਝੂ ਮੈਂ ਨੀਰ ਵਹੇ ਮੈਂ ਚੱਲੇ ਜੀ, ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਇਹ ਮੇਰੇ ਪਾਤਸ਼ਾਹ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ, ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ, ਅੱਖਾਂ 'ਚੋਂ ਨੀਰ ਵਗਦਾ ਹੈ। ਇੱਕ ਪਾਸੇ ਗੁਰੂ ਦੀ ਸਾਰੀ ਫੌਜ ਤਿਆਰ ਪਰ ਤਿਆਰ ਹੋ ਕੇ ਗੁਰੂ ਨੂੰ ਸਲਾਮੀ ਦੇਣ ਵਾਸਤੇ, ਜਿਵੇਂ ਸਾਧ ਸੰਗਤ ਜੀ ਫੌਜ ਦਾ ਨਿਯਮ ਹੈ, ਜਦੋਂ ਕੋਈ ਫੌਜ ਦਾ ਜਰਨੈਲ ਜਾਵੇ ਤਾਂ ਉਹ ਆਪਣੇ ਸ਼ਸਤਰ ਬਸਤਰਾਂ ਸਹਿਤ ਉਹਨੂੰ ਸਲਾਮੀ ਦਿੰਦੇ ਹੈ ਨਿਸ਼ਾਨ ਸਾਹਿਬ ਅਤੇ ਨਗਾਰਿਆਂ ਦੇ ਨਾਲ। ਗੁਰੂ ਹਰਗੋਬਿੰਦ ਸਾਹਿਬ ਦੀ ਸਾਰੀ ਫੌਜ ਸਨੱਦਬੱਧ ਹੋ ਕੇ ਖੜ੍ਹੀ ਹੈ, ਭਾਵੇਂ ਫੌਜ ਦੇ ਮਨ 'ਚ ਬੈਰਾਗ ਹੈ ਪਰ ਉਹਨਾਂ ਦੇ ਚਿਹਰਿਆਂ 'ਤੇ ਜਾਹੋ ਜਲਾਲ ਵੀ ਹੈ। ਹਾਂਜੀ, ਸਾਰੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਦੇ ਜੈਕਾਰੇ ਲੱਗ ਰਹੇ ਹਨ। ਸਭ ਲੋਕ ਕਹਿ ਰਹੇ ਨੇ, ਸੰਗਤਾਂ ਕਹਿ ਰਹੀਆਂ ਨੇ, ਬੀਬੀਆਂ, ਬੱਚੇ, ਬੁੱਢੇ, ਇਸਤਰੀ, ਪੁਰਸ਼, ਹਿੰਦੂ, ਮੁਸਲਮਾਨ, ਹਰ ਇਨਸਾਨ ਕਹਿ ਰਹੇ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਸਾਨੂੰ ਸਭ ਨੂੰ ਸੁੱਖ ਦਿੱਤਾ, ਸੰਸਾਰ ਦੇ ਪ੍ਰਾਣੀ ਮਾਤਰ ਨੂੰ ਸੁੱਖ ਦਿੱਤਾ ਗੁਰੂ ਹਰਗੋਬਿੰਦ ਸਾਹਿਬ,
ਸੁੱਖਾਂ ਦੇ ਦਾਤੇ ਹਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਰੇ ਆਪਣਾ ਆਪਣਾ ਐਕਸਪੀਰੀਅੰਸ, ਆਪਣਾ ਆਪਣਾ ਤਜਰਬਾ। ਕੋਈ ਕਹਿੰਦਾ ਮੈਨੂੰ ਬੜੇ ਪਿਆਰ ਨਾਲ ਬੁਲਾਉਂਦੇ ਸੀ, ਕੋਈ ਕਹਿੰਦਾ ਮੇਰੇ 'ਤੇ ਬੜੀ ਕਿਰਪਾ ਕੀਤੀ ਸੀ, ਕੋਈ ਕਹਿੰਦਾ ਮੈਨੂੰ ਵਧੀਆ ਘੋੜਾ ਦਿੱਤਾ ਸੀ, ਕੋਈ ਕਹਿੰਦਾ ਮੈਨੂੰ ਚੰਗਾ ਸ਼ਸਤਰ ਬਖਸ਼ਿਆ ਸੀ। ਗੁਰੂ ਦੀ ਫੌਜ ਦੇ ਸਿਪਾਹੀ, ਗੁਰੂ ਸਾਹਿਬ ਦੀਆਂ ਯਾਦਾਂ ਆਪਣੇ ਸਿੱਖਾਂ ਦੇ ਨਾਲ ਇੱਕ ਦੂਜੀ ਦੇ ਸਾਂਝੇ ਕਰ ਰਹੇ। ਬੀਬੀਆਂ ਉਹ ਆਪਣੀਆਂ ਗੱਲਾਂ ਵਿੱਚ ਗੁਰੂ ਦੀ ਯਾਦ ਲਿਆ ਰਹੀਆਂ ਨੇ। ਸੰਗਤਾਂ ਜਿੱਥੇ ਜਿੱਥੇ ਖੜ੍ਹੀਆਂ ਨੇ ਉਹ ਆਪਣੇ ਆਪਣੇ, ਕਿਉਂਕਿ ਸਭ ਨਾਲ ਗੁਰੂ ਹਰਗੋਬਿੰਦ ਸਾਹਿਬ ਜਿਸ ਬੰਦੇ ਵੱਲ ਵੀ ਦੇਖਦੇ ਸੀ ਨਿਹਾਲ ਕਰ ਦਿੰਦੇ ਸੀ। ਜਿਹੜਾ ਵੀ ਉਹਨਾਂ ਨੂੰ ਮਿਲਿਆ ਨਾ ਕੋਈ, ਉਹਨਾਂ ਦੀ ਸ਼ਖਸੀਅਤ ਤੋਂ, ਉਹਨਾਂ ਦੀ ਬੋਲਚਾਲ ਤੋਂ, ਉਹਨਾਂ ਦੇ ਮਿਲ ਬੈਠਣ ਤੋਂ ਇੰਨਾ ਪ੍ਰਭਾਵਿਤ ਹੋਇਆ ਵੀ ਦੁਸ਼ਮਣ ਵੀ ਕਿਉਂ ਨਾ ਹੋਵੇ ਮਿੱਤਰ ਬਣ ਗਿਆ। ਅੱਜ ਛੇਵੇਂ ਪਾਤਸ਼ਾਹ ਦੀ ਅੰਤਮ ਕਿਰਿਆ, ਅੰਤਮ ਸੰਸਕਾਰ ਦੀ ਰਸਮ ਹੋ ਰਹੀ ਹੈ ਸ਼੍ਰੀ ਪਤਾਲਪੁਰੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ। ਵੈਰਾਗ ਦਾ ਹੜ੍ਹ ਆਇਆ ਹੋਇਆ ਹੈ। ਹਾਂਜੀ, ਆਹਾ, ਗੁਰੂ ਸਾਹਿਬ ਜੀ ਦੇ ਗੁਣ ਗਾ ਰਹੇ ਨੇ, ਕਹਿ ਰਹੇ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਤੁਹਾਡੇ ਵਰਗਾ ਸੂਰਮਾ, ਤੁਹਾਡੇ ਵਰਗਾ ਦਾਤਾ, ਤੁਹਾਡੇ ਵਰਗਾ ਬਾਦਸ਼ਾਹ, ਤੁਹਾਡੇ ਵਰਗਾ ਸੰਤ, ਤੁਹਾਡੇ ਵਰਗਾ ਸਿਪਾਹੀ, ਤੁਹਾਡੇ ਵਰਗਾ ਗੁਰੂ ਨਹੀਂ ਲੱਭਣਾ। ਹਾਂਜੀ, ਹਾਂ, ਇੱਕ ਸੁਣਾ ਰਹੇ ਨੇ, ਇੱਕ ਸੁਣ ਰਹੇ ਨੇ, ਇੱਕ ਕਹਿ ਰਹੇ ਨੇ ਹਾਂ ਭਾਈ ਸਾਹਿਬ ਤੁਸੀਂ ਜੋ ਕਹਿ ਰਹੇ ਹੋ ਨਾ, ਮੇਰੇ ਨਾਲ ਵੀ ਇੱਦਾਂ ਹੀ ਹੋਇਆ ਸੀ। ਜਿਨ੍ਹਾਂ ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਕੀਤੀਆਂ, ਜਿਨ੍ਹਾਂ ਦੀਆਂ ਅਰਦਾਸਾਂ ਸੁਣੀਆਂ, ਜਿਨ੍ਹਾਂ ਦੇ ਕਾਰਜ ਰਾਸ ਹੋਏ, ਉਹ ਸਭ ਸੰਗਤਾਂ, ਕਿਉਂਕਿ ਗੁਰੂ ਸਾਹਿਬ ਦੇ ਨਾਲ ਲੱਖਾਂ ਲੋਕਾਂ ਦਾ ਵਾਸ ਸੀਗਾ ਅਤੇ ਲੱਖਾਂ ਲੋਕਾਂ ਦੇ ਵੱਖਰੇ ਵੱਖਰੇ ਤਜਰਬੇ ਸੀਗੇ, ਲੱਖਾਂ ਲੋਕਾਂ ਦੀਆਂ ਵੱਖਰੀਆਂ ਵੱਖਰੀਆਂ ਮੰਗਾਂ ਸੀਗੀਆਂ, ਉਹ ਸਾਰੀਆਂ ਗੁਰੂ ਨੇ ਪੂਰੀਆਂ ਕੀਤੀਆਂ ਸਨ। ਹਾਂਜੀ, ਇਸ ਤਰ੍ਹਾਂ ਸਾਰੇ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਕਰ ਰਹੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜਾਪ ਹੋ ਰਿਹਾ ਹੈ। ਬੇਅੰਤਰਨ ਸਿੰਘੇ ਵਜਾ ਰਹੇ ਨੇ, ਸੰਖ ਵਜਾ ਰਹੇ ਨੇ। ਸੰਖਨ ਕੀ ਧੁਨ ਘੰਟਨ ਕੀ ਕਰ, ਫੂਲਨ ਕੀ ਵਰਖਾ ਵਰਖਾਵੇ। ਕੋਈ ਫੁੱਲਾਂ ਦੀ ਵਰਖਾ ਕਰਦਾ, ਕੋਈ ਸੰਖ ਵਜਾਉਂਦਾ, ਕੋਈ ਘੜਿਆਲ ਵਜਾਉਂਦਾ ਤੇ ਕੋਈ ਨਗਾਰਿਆਂ ਤੇ ਚੋਭਾ ਲਾਉਂਦਾ ਹੈ। ਬੜੇ ਵਾਜੇ ਵੱਜ ਰਹੇ ਨੇ ਮੇਰੇ ਪਾਤਸ਼ਾਹ, ਬਾਦਸ਼ਾਹ ਸਨ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ। ਅੱਜ ਉਹਨਾਂ ਦੀ ਅੰਤਮ ਯਾਤਰਾ ਹੈ, ਇਸ ਕਰਕੇ ਬਾਦਸ਼ਾਹਾਂ ਦੀ ਤਰ੍ਹਾਂ ਹੀ ਉਹਨਾਂ ਦਾ ਵਿਬਾਨ ਨਿਕਲਿਆ ਹੈ। ਤੇ ਲਿਆ ਲਿਆ ਕੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਸਤਿਗੁਰੂ ਜੀ ਦੇ ਪਾਵਨ ਸਰੂਪ ਉੱਤੇ। ਨੇੜੇ ਆ ਕੇ ਫੁੱਲਾਂ ਦੀਆਂ ਬੁੱਕਾਂ ਭਰ ਭਰ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਰੱਖਦੇ ਨੇ ਤੇ ਸਿੱਖ ਮੱਥਾ ਟੇਕਦੇ ਨੇ। ਮੱਥਾ ਟੇਕਦਿਆਂ ਦੀਆਂ ਅੱਖਾਂ ਦੇ ਹੰਝੂ ਮਹਾਰਾਜ ਦੇ ਚਰਨਾਂ ਨੂੰ ਭਿਉਂ ਦਿੰਦੇ ਨੇ। ਸ੍ਰੀ ਕਰਤਾਰ ਕੀਰਤਪੁਰ ਸਾਹਿਬ ਪਤਾਲਪੁਰੀ ਧਰਤੀ 'ਤੇ ਕੋਈ ਚੱਪਾ ਥਾਂ ਨਹੀਂ ਰਹੀ ਜਿੱਥੇ ਬੰਦਾ ਖੜ੍ਹਾ ਹੋ ਜਾਵੇ। ਇੰਨੀ ਭੀੜ ਹੋ ਗਈ ਬਈ ਮੀਲਾਂ ਦੇ ਵਿੱਚ ਕਹਿ ਲਓ ਵੀ ਸੰਗਤਾਂ ਹੀ ਸੰਗਤਾਂ ਸਨ। ਹਾਂਜੀ, ਜਿੱਥੇ ਜਿੱਥੇ ਕਿਸੇ ਦਾ ਕੋਈ ਇੰਨੇ ਵੀ ਸਨ ਵੀ ਨੇੜੇ ਚਲੇ ਗਏ, ਕਈਆਂ ਨੂੰ ਵਿਚਾਰਿਆਂ ਨੂੰ ਨੇੜੇ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਉਹ ਦੂਰੋਂ ਹੀ ਆਪਣੀ ਸ਼ਰਧਾ ਦੇ ਫੁੱਲ ਗੁਰੂ ਨੂੰ ਅਰਪਣ ਕਰ ਰਹੇ ਸਨ, ਮੱਥੇ ਟੇਕ ਰਹੇ ਸਨ ਵੀ ਹੇ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ, ਸਾਡੀ ਨਮਸਕਾਰ ਕਬੂਲ ਕਰੀ, ਸਾਡੀ ਹਾਜ਼ਰੀ ਕਬੂਲ ਕਰੀ,
ਇੱਦਾਂ ਸਿੱਖ ਬੱਖਾਂ ਵਿੱਚੋਂ ਹੰਝੂ ਵਹਾ ਰਹੇ ਸਨ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੈਕਾਰੇ ਲਾ ਰਹੇ ਸਨ। ਸੂਰਜ ਮਲ ਸ਼੍ਰੀ ਤੇਗ ਬਹਾਦਰ ਉਸ ਵੇਲੇ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਬਾਬਾ ਸੂਰਜਮਲ ਜੀ ਅਤੇ ਛੋਟੇ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਏ ਜੋਧ ਅਰ ਭਾਨਾ ਸਾਦਰ ਭਾਈ ਜੋਧ ਸ਼ਾਹ ਜੀ ਅਤੇ ਭਾਈ ਭਾਨਾ ਬਾਬਾ ਬੁੱਢਾ ਜੀ ਦੇ ਪੁੱਤਰ ਇਸ ਤੋਂ ਇਲਾਵਾ ਭਾਈ ਰੂਪਾ ਜੀ ਹੋਰ ਜਿਹੜੇ ਗੁਰੂ ਘਰ ਦੇ ਮੁਖੀ ਮਸੰਦ ਸਨ ਇਹਨਾਂ ਸਾਰਿਆਂ ਨੇ ਮਹਾਬਲੀ ਪਾਤਸ਼ਾਹ ਦਾ ਵਿਬਾਨ ਮੋਢਿਆਂ ਤੇ ਚੁੱਕ ਲਿਆ ਹੈ। ਹਾਂਜੀ ਸਾਧ ਸੰਗਤ ਜੀ ਉੱਤੋਂ ਦੀ ਮਾਇਆ ਦੀ ਵਰਖਾ ਹੁੰਦੀ ਹੈ, ਕੋਈ ਚਾਂਦੀ ਦੇ ਰੁਪਈਏ ਸੁੱਟਦਾ, ਕੋਈ ਸੋਨੇ ਦੀਆਂ ਮੋਹਰਾਂ ਸੁੱਟਦਾ ਹੈ। ਗੁਰੂ ਸਾਹਿਬ ਜੀ ਦੇ ਉੱਤੋਂ ਸਿੱਖ ਆਪਣੀ ਜਾਨ ਵੀ ਵਾਰ ਦਿੰਦੇ, ਇਹ ਤਾਂ ਗੱਲ ਹੀ ਕੁਛ ਨਹੀਂ। ਹੋ ਵਾਰੀ ਵੰਝਾਂ ਘੋਲੀ ਵੰਝਾਂ ਤੋ ਸਾਹਿਬ ਕੇ ਨਾਮ ਹੈ, ਮਹਾਰਾਜ ਦੇ ਨਾਂ ਤੋਂ ਸਿੱਖ ਜਾਨ ਮਾਰ ਦਿੰਦੇ ਆ ਤੇ ਗੁਰੂ ਦੇ ਪਿਆਰ ਵਿੱਚ ਇੱਦਾਂ ਵਰਖਾ ਕਰਦੇ ਹੋਏ ਫੁੱਲਾਂ ਦੀ। ਗੁਰੂ ਹਰਿ ਰਾਏ ਸਾਹਿਬ ਜੀ 14 ਸਾਲਾਂ ਦੇ ਸਨ, ਆਪਣੇ ਦਾਦਾ ਜੀ ਦੇ ਉੱਤੇ ਚੌਰ ਕਰਦੇ ਨੇ, ਬੜੇ ਪ੍ਰੇਮ ਨਾਲ ਚੌਰ ਚਲਾਉਂਦੇ ਨੇ, ਦਾਦਾ ਜੀ ਨੂੰ ਅੰਤਮ ਵਿਦਾਈਆਂ ਦੇ ਰਹੇ ਨੇ, ਅੱਗੇ ਰਬਾਬੀ ਕੀਰਤਨ ਕਰਦੇ ਜਾ ਰਹੇ ਨੇ ਭਾਈ ਚਤਰਾ ਜੀ, ਤੇ ਜਦੋਂ ਸਾਧ ਸੰਗਤ ਜੀ ਪੌੜੀ ਲਾਉਂਦੇ ਨੇ ਉਸ ਵੇਲੇ ਸੰਗਤਾਂ ਉਹਨਾਂ ਨੂੰ ਮਾਇਆ ਦਿੰਦੀਆਂ ਨੇ, ਔਰ ਸਾਧ ਸੰਗਤ ਜੀ ਸੋਨੇ ਦੇ ਫੁੱਲ ਬਣਾਏ ਹੋਏ ਨਿੱਕੇ ਨਿੱਕੇ ਤੇ ਉੱਪਰੋਂ ਦੀ ਵਰਖਾ ਕਰਦੇ ਨੇ, ਹੱਥ ਜੋੜ ਜੋੜ ਕੇ ਸੰਗਤਾਂ ਮਹਾਰਾਜ ਨੂੰ ਮੱਥੇ ਟੇਕ ਰਹੀਆਂ ਨੇ। ਮਹਾਰਾਜ ਦਾ ਵਿਮਾਨ ਪਤਾਲਪੁਰੀ ਤੋਂ ਲੈ ਕੇ ਫਿਰ ਨਗਰ 'ਚ ਲਿਆਂਦਾ ਗਿਆ ਸੀ, ਕੀਰਤਪੁਰ ਸਾਹਿਬ ਦੇ ਬਾਜ਼ਾਰਾਂ ਵਿੱਚ ਗੁਰਦੁਆਰਿਆਂ ਵਿੱਚ ਸਭ ਥਾਵਾਂ 'ਤੇ ਮਹਾਰਾਜ ਦਾ ਵਿਮਾਨ ਘੁਮਾਇਆ ਗਿਆ ਸੀ ਤਾਂ ਕਿ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਨਗਰੀ ਨੂੰ ਅਖੀਰਲੀ ਵਾਰੀ ਬਖਸ਼ਿਸ਼ਾਂ ਕਰ ਦੇਣ। ਇਸ ਤਰ੍ਹਾਂ ਸੰਗਤਾਂ ਲੈ ਕੇ ਚੱਲੀਆਂ ਸ਼੍ਰੀ ਕੀਰਤਪੁਰ ਸਾਹਿਬ ਦੀਆਂ ਗਲੀਆਂ ਵਿੱਚੋਂ, ਕੋਈ ਕੋਠਿਆਂ 'ਤੇ ਚੜ੍ਹ ਕੇ ਫੁੱਲਾਂ ਦੀ ਵਰਖਾ ਕਰਦਾ, ਕੋਈ ਗਲੀਆਂ 'ਚ ਖੜਿਆ ਅਤੇ ਕੋਈ ਸੰਖ ਵਜਾ ਰਿਹਾ, ਕੋਈ ਨਗਾਰਿਆਂ 'ਤੇ ਚੋਭਾਂ ਲਾ ਰਿਹਾ ਅਤੇ ਗੁਰੂ ਸਾਹਿਬ ਜੀ ਮਹਾਰਾਜ ਬਾਦਸ਼ਾਹਾਂ ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਅੱਜ ਆਪਣੀ ਨਗਰੀ ਦੇ ਵਿੱਚ ਸੰਗਤਾਂ ਨੂੰ ਅੰਤਮ ਦਰਸ਼ਨ ਦੇ ਰਹੇ ਹਨ। ਔਰ ਫਿਰ ਵਾਪਸ ਪਤਾਲਪੁਰੀ ਲੈ ਜਾਂਦਾ, ਗੇੜਾ ਦੇ ਕੇ ਨਾ ਨਗਰ ਦੇ ਵਿੱਚ, ਉੱਥੇ ਹੀ ਜਿੱਥੇ ਕੋਠਾ ਸਾਹਿਬ ਜੋਤੀ ਜੋਤ ਸਮਾਏ ਸੀ, ਪਤਾਲਪੁਰੀ ਸਮਾਏ ਸੀ, ਉੱਥੇ ਹੀ ਵਾਪਸ ਆਉਂਦਾ। ਹਾਂਜੀ ਬੜੀ ਉੱਚੇ ਥੜੇ ਦੇ ਉੱਤੇ ਉੱਚਾ ਥੜਾ ਬਣਾਇਆ ਗਿਆ ਤਾਂ ਕਿ ਦੂਰੋਂ ਜਿਹੜੇ ਖੜ੍ਹੇ ਹੁੰਦੇ ਨਾ ਉਹਨਾਂ ਨੂੰ ਦਰਸ਼ਨ ਹੋ ਜਾਣ, ਕਿਉਂਕਿ ਲੱਖਾਂ ਸੰਗਤਾਂ ਸਨ, ਇੰਨੀਆਂ ਸੰਗਤਾਂ ਵਾਸਤੇ ਉਹਨਾਂ ਦਾ ਦੇਖਣ ਦਾ ਉੱਚਾ ਥੜਾ ਬਣਾ ਕੇ ਅਤੇ ਉਹਦੇ ਉੱਤੇ ਚੰਦਨ ਦੀ ਚਿਖਾ ਤਿਆਰ ਕੀਤੀ ਗਈ, ਜਿਹੜੀ ਸਮੱਗਰੀ ਸਾਧ ਸੰਗਤ ਜੀ ਤੇਲ ਘਿਓ ਆਦਿਕ ਸੰਸਕਾਰ ਵਿੱਚ ਪਾਈ ਜਾਂਦੀ ਉਹ ਕੋਲ ਲਿਆ ਕੇ ਰੱਖੀ ਗਈ, ਲੱਕੜਾਂ ਦੇ ਅੰਬਾਰ ਲੱਗੇ ਹੋਏ ਸਨ, ਢੇਰ ਲੱਗੇ ਹੋਏ ਸਨ। ਜਦੋਂ ਅੰਗੀਠਾ ਚਿਣਿਆ ਗਿਆ ਫਿਰ ਉਹਦੇ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਰੀਰ ਨੂੰ ਰੱਖਿਆ ਗਿਆ। ਸੂਰਜ ਮਲ ਕਰ ਲੰਬੂ ਧਾਰ ਮਹਾਰਾਜ ਦਾ ਵੱਡਾ ਪੁੱਤਰ ਬਾਬਾ ਸੂਰਜਮਲ ਉੱਠਿਆ, ਬਾਬੇ ਸੂਰਜਮਲ ਨੇ ਆਪਣੇ ਪਿਤਾ ਨੂੰ ਚਿਤਾ ਨੂੰ ਅਗਨੀ ਦੇਣੀ ਹੈ, ਹੱਥ ਵਿੱਚ ਲਾਂਬੂ ਲੈ ਲਿਆ, ਕੂਕ ਮਾਰ ਕਰ ਦਿਓ ਲਗਾ
ਔਰ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਪਿਤਾ ਨੂੰ ਯਾਦ ਕਰਕੇ ਬੜੇ ਬੈਰਾਗ ਦੇ ਨਾਲ ਬਾਬਾ ਸੂਰਜਮਲ ਜੀ ਨੇ ਲਾਂਬੂ ਲਾ ਦਿੱਤਾ। ਇਹਨਾਂ ਆਪਣੇ ਪਿਤਾ ਜੀ ਦੇ ਲਾਂਬੂ ਲਾਉਂਦਿਆਂ ਬੈਰਾਗ ਆਇਆ, ਸੂਰਜਮਲ ਵਿਆਕੁਲ ਹੋ ਗਏ। ਉਸ ਵੇਲੇ ਸਾਧਸੰਗ ਜਦੋਂ ਮਹਾਰਾਜ ਦੀ ਚਿਤਾ ਨੂੰ ਲਾਂਬੂ ਲੱਗਿਆ, ਛੇਵੇਂ ਪਾਤਸ਼ਾਹ ਜੀ ਮਹਾਰਾਜ ਸੰਸਕਾਰ ਹੋਇਆ ਕਿ ਹਿੰਦੂ ਕੀ ਮੁਸਲਮਾਨ, ਕੀ ਗਰੀਬ ਕੀ ਅਮੀਰ, ਕੀ ਇਸਤਰੀ ਅਤੇ ਕੀ ਪੁਰਸ਼, ਲੱਖਾਂ ਲੋਕਾਂ ਦੀਆਂ ਅੱਖਾਂ ਸੇਜਲ ਹੋ ਗਈਆਂ, ਬੈਰਾਗ ਦੀ ਮੂਰਤੀ ਬਣ ਗਏ, ਕੋਈ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ। ਉੱਥੇ ਬਹਿ ਕੇ ਜੋ ਮਰਿਆਦਾ ਕਪਾਲ ਕਿਰਿਆ ਦੀ ਹੁੰਦੀ ਹੈ, ਗੁਰੂ ਘਰ ਦੇ ਵਿੱਚ ਕੀਰਤਨ ਸੋਹਿਲ ਦਾ ਪਾਠ ਦੀ ਹੈ। ਕੀਰਤਨ ਸੋਹਿਲ ਦਾ ਪਾਠ ਕਰਨਾ, ਸ਼ਬਦ ਗਾਇਨ ਕਰਨਾ, ਇਹ ਜਦੋਂ ਹੋਣ ਲੱਗਾ ਸਾਧ ਸੰਗਤ ਜੀ, ਤਾਂ ਉੱਥੇ ਇਤਿਹਾਸ ਵਿੱਚ ਇੱਕ ਦਾਬਿਸਤਾਨ ਮਜ਼ਾਹਬ ਨਾਮ ਦੀ ਪੁਸਤਕ ਹੈ, ਫਾਰਸੀ ਦੇ ਵਿੱਚ ਲਿਖੀ ਹੋਈ, ਉਹਦੇ ਵਿੱਚ ਜ਼ਿਕਰ ਆਉਂਦਾ ਹੈ। ਉਹ ਬੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਗੱਲਬਾਤ ਕਰਦਾ ਸੀ, ਚਿੱਠੀ ਪੱਤਰ ਵੀ ਪਾਉਂਦਾ ਸੀ, ਸੱਤਵੇਂ ਪਾਤਸ਼ਾਹ ਨਾਲ ਵੀ ਉਹਦੀ ਚਿੱਠੀ ਪੱਤਰ ਹੁੰਦੀ ਸੀ। ਉਹਨੇ ਲਿਖਿਆ ਹੈ, ਉਹ ਕਹਿੰਦਾ ਇੱਕ ਰਾਜਪੂਤ ਰਾਜਾ ਰਾਮਦੇਵ, ਜਿਹੜਾ ਕਿ ਬਾਦਸ਼ਾਹ ਸ਼ਾਹਜਹਾਨ ਵੱਲੋਂ ਗੋਲੀ ਦਾ ਆਰਡਰ ਸੀਗਾ, ਉਹ ਕਈ ਸਾਲਾਂ ਜਾਂ ਮਹੀਨਿਆਂ ਤੋਂ ਗੁਰੂ ਦੀ ਸ਼ਰਨ ਵਿੱਚ ਰਹਿ ਰਿਹਾ ਸੀ, ਗੁਰੂ ਮਹਾਰਾਜ ਕੋਲ ਰਹਿ ਰਹਿ ਕੇ ਗੁਰੂ ਦਾ ਹੀ ਬਣ ਗਿਆ ਸੀ। ਗੁਰੂ ਸਾਹਿਬ ਦੇ ਅੰਗੀਠੇ ਦੇ ਆਲੇ ਦੁਆਲੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੀ ਜਾਵੇ ਅਤੇ ਪਰਿਕਰਮਾ ਕਰੀ ਜਾਵੇ। ਜਿਉਂ ਹੀ ਉਹਦਾ ਜਪਜੀ ਸਾਹਿਬ ਦਾ ਪਾਠ ਪੂਰਾ ਹੋਇਆ, ਉਸ ਰਾਜਪੂਤ ਰਾਜੇ ਨੇ ਬਲਦੀ ਚਿਤਾ ਵਿੱਚ ਛਾਲ ਮਾਰ ਦਿੱਤੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਲਿਪਟ ਗਿਆ ਅਤੇ ਅੱਗ ਨੇ ਆਲੇ ਦੁਆਲਿਓਂ ਘੇਰਾ ਪਾ ਲਿਆ। ਪਤਾਲਪੁਰੀ ਸਾਹਿਬ, ਉਹ ਗੁਰੂ ਸਾਹਿਬ ਦੇ ਨਾਲ ਹੀ ਆਪਣੇ ਆਪ ਨੂੰ ਬਾਅਦ ਵਿੱਚ ਜੀ ਨਹੀਂ ਸਕਿਆ। ਇਹ ਅੱਜ ਤੋਂ ਕੋਈ 400 ਸਾਲ ਪਹਿਲਾਂ ਦੀ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਦੇ ਜਾਂ ਸੱਤਵੇਂ ਪਾਤਸ਼ਾਹ ਦੇ ਸਮੇਂ ਦੀ ਲਿਖੀ ਪੁਸਤਕ ਫਾਰਸੀ ਦੀ, ਉਹਦੇ ਵਿੱਚ ਜ਼ਿਕਰ ਆਉਂਦਾ। ਸੋ ਮਹਾਰਾਜ ਦਾ ਸੰਸਕਾਰ ਹੋ ਰਿਹਾ ਸੀ ਜਦੋਂ ਇਹ ਰਾਜੇ ਨੇ ਬਲਦੀ ਚਿਤਾ ਵਿੱਚ ਛਾਲ ਮਾਰ ਦਿੱਤੀ। ਸੱਤਵੇਂ ਪਾਤਸ਼ਾਹ ਨੇ ਫੌਜ ਨੂੰ ਆਰਡਰ ਕੀਤਾ ਵੀ ਆਲੇ ਦੁਆਲੇ ਘੇਰਾ ਘੱਤ ਲਓ ਚਿਤਾ ਦੇ, ਕਈ ਹੋਰ ਸਿੱਖ ਵੀ ਛਾਲਾਂ ਮਾਰਨ ਨੂੰ ਤਿਆਰ ਨਾ ਹੋ ਜਾਣ। ਕਈ ਤਿਆਰ ਸਨ, ਉਹਨਾਂ ਦੇ ਮਨ 'ਚ ਇੰਨਾ ਬੈਰਾਗ ਸੀ ਵੀ ਸੱਚੇ ਪਾਤਸ਼ਾਹ ਤੋਂ ਬਾਅਦ ਇੱਕ ਦਿਨ ਜੀਣਾ ਨਹੀਂ ਚਾਹੁੰਦੇ ਸਨ। ਜਿਸ ਪਿਆਰੇ ਸਿਉਂਦੇ ਹੋ ਤਿਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਉਹ ਸਮੇਂ ਦਾ ਉਹ ਕਵੀ ਜੀ ਨੇ ਨਕਸ਼ਾ ਬੰਨਿਆ ਹੈ ਕਿ ਸਾਧ ਸੰਗਤ ਜੀ ਸਾਰੀ ਸੰਗਤ ਬੈਰਾਗ ਦੀ ਮੂਰਤੀ ਬਣ ਗਏ ਸਨ। ਸਤਿਗੁਰਾਂ ਦੇ ਸੁਖਦਾਈ ਸਰੂਪ ਨੂੰ ਯਾਦ ਕਰਦੇ ਨੇ, ਗੁਰੂ ਸਾਹਿਬ ਦੇ ਗੁਣਾਂ ਨੂੰ ਚੇਤੇ ਕਰਦੇ, ਛੇਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਜਿੰਨੀ ਫੌਜ ਸ਼ਸਤਰ ਸਧਾਰੀ ਘੋੜ ਸਵਾਰ ਤੇ ਪੈਦਲ ਖੜੀ ਸੀ, ਸਭ ਦੀਆਂ ਅੱਖਾਂ ਤਰ ਹੋ ਗਈਆਂ, ਸਭ ਰੋ ਰਹੇ ਸਨ ਕਿ ਅੱਜ ਫੌਜਾਂ ਦਾ ਸ਼ਾਹ ਸਵਾਰ ਬਾਦਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਸਾਨੂੰ ਆ ਸਰੀਰਕ ਤੌਰ 'ਤੇ ਵਿਛੋੜਾ ਦੇ ਗਏ ਨੇ। ਇਸ ਤਰ੍ਹਾਂ ਸਭ ਰੋ ਰਹੇ ਸਨ, ਬੈਰਾਗ ਕਰ ਰਹੇ ਸਨ ਅਤੇ ਫੌਜਾਂ ਕਹਿ ਰਹੀਆਂ ਸਨ, ਇਹ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਕੌਣ ਸਾਨੂੰ ਪਾਲੇਗਾ, ਕੌਣ ਸਾਨੂੰ ਥਾਪੀਆਂ ਦੇਵੇਗਾ, ਕੌਣ ਸਾਨੂੰ ਘੋੜੇ ਦੇ ਸ਼ਸਤਰ ਦੇਵੇਗਾ,
ਕੌਣ ਸਾਡੇ ਸਿਰਾਂ 'ਤੇ ਪੱਗਾਂ ਬੰਨੇਗਾ, ਕੌਣ ਸਾਨੂੰ ਮੈਦਾਨੇ ਜੰਗ ਦੇ ਵਿੱਚ ਥਾਪੀਆਂ ਦੇ ਕੇ ਭੇਜੇਗਾ। ਇਹ ਤੁਸੀਂ ਸੋ ਜਿਨ੍ਹਾਂ ਨੇ ਸਾਨੂੰ ਇੰਨਾ ਬਲ ਦਿੱਤਾ ਕਿ ਅਸੀਂ ਬਾਦਸ਼ਾਹ ਸ਼ਾਹਜਹਾਨ ਦੀਆਂ ਫੌਜਾਂ ਦੇ ਦੰਦ ਖੱਟੇ ਕਰ ਸਕੇ। ਇਹ ਸਭ ਤੁਹਾਡੀ ਤਾਕਤ ਸੀ, ਇਹ ਤੁਹਾਡੀ ਪਾਵਰ ਸੀ ਸੱਚੇ ਪਾਤਸ਼ਾਹ ਜੀਓ। ਇਹ ਮਹਾਰਾਜ, ਤੁਹਾਡੇ ਤੋਂ ਬਿਨਾਂ ਕੌਣ ਸਾਨੂੰ ਸ਼ਸਤਰ ਚਲਾਉਣੇ ਸਿਖਾਵੇਗਾ, ਕੌਣ ਸਾਨੂੰ ਬੰਦੂਕਾਂ ਦੇ ਨਿਸ਼ਾਨੇ ਲਾਉਣੇ ਦੱਸੇਗਾ, ਤੇ ਸਾਡੀ ਵਿਦਿਆ ਨੂੰ ਸਾਡੇ ਗੁਣਾਂ ਨੂੰ ਪਰਖ ਕੇ ਇਨਾਮ ਕੌਣ ਦੇਵੇਗਾ? ਛੇਵੇਂ ਪਾਤਸ਼ਾਹ ਚੰਗੇ ਘੋੜ ਸਵਾਰ ਨੂੰ ਚੰਗਾ ਘੋੜਾ ਇਨਾਮ 'ਚ ਦਿੰਦੇ ਸਨ, ਚੰਗੇ ਗਤਕੇਬਾਜ਼ ਨੂੰ ਚੰਗਾ ਸ਼ਸਤਰ ਖੰਡਾ ਤਲਵਾਰ ਢਾਲ ਬਰਛਾ ਬੰਦੂਕ ਦਿੰਦੇ ਸਨ, ਉਹਨੂੰ ਮਾਇਆ ਦਿੰਦੇ ਸਨ, ਸੋਹਣੇ ਕੱਪੜੇ ਸੋਹਣੀ ਵਰਦੀ ਦਿੰਦੇ ਸਨ। ਅੱਜ ਮਹਾਰਾਜ ਸਾਨੂੰ ਵਿਛੋੜਾ ਦੇ ਗਏ ਹੋ, ਸਾਡਾ ਸਿਪਾਹੀਆਂ ਦਾ ਕੀ ਬਣੇਗਾ? ਇਉਂ ਗੁਰੂ ਦੇ ਸਿੱਖ ਫੌਜੀ ਗੁਰੂ ਸਾਹਿਬ ਨੂੰ ਯਾਦ ਕਰਦੇ ਹਨ। ਗੁਰੂ ਘਰ ਦੇ ਮੁਖੀਏ ਮਸੰਦ ਵੀ ਰੋਂਦੇ ਖੜੇ ਹਨ। ਹੇ ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਿਨਾਂ ਸਾਡਾ ਆਦਰ ਕੌਣ ਕਰੇਗਾ? ਕੌਣ ਸਾਨੂੰ ਮਾਣ ਸਨਮਾਨ ਸਰੋਪੇ ਦੇਵੇਗਾ? ਕੌਣ ਸਾਨੂੰ ਦੇਸਾਂ ਪ੍ਰਦੇਸਾਂ ਵਿੱਚ ਭੇਜੇਗਾ? ਕੌਣ ਸਾਡੀਆਂ ਆਈਆਂ ਹੋਈਆਂ ਸੰਗਤਾਂ ਨੂੰ ਬਖਸ਼ਿਸ਼ਾਂ ਕਰੇਗਾ? ਇਹ ਤੁਹਾਡੇ ਵਰਗਾ ਦਾਤਾ ਦਤਾਰ ਸਤਿਗੁਰੂ ਸਾਨੂੰ ਕਿੱਥੋਂ ਲੱਭੇਗਾ? ਤੁਸੀਂ ਸਾਨੂੰ ਕੋਲ ਬਿਠਾਉਂਦੇ ਸੀ, ਸਾਨੂੰ ਪੁੱਛਦੇ ਸੀ, ਸਾਡੇ ਦੁੱਖ ਸੁੱਖ ਸੁਣਦੇ ਸੀ। ਸਤਿਗੁਰੂ ਜੀ, ਤੁਹਾਡੇ ਵਰਗਾ ਦਾਤਾਰ, ਤੁਹਾਡੇ ਵਰਗਾ ਬਖਸ਼ਿੰਦ ਕੌਣ ਹੋਵੇਗਾ? ਮਹਾਰਾਜ ਦਇਆ ਕਰਦੇ ਸੀ, ਸਿੱਖਾਂ ਦੇ ਕੰਮ ਰਾਸ ਕਰ ਦਿੰਦੇ ਸੀ। ਹਜ਼ਾਰਾਂ ਮੀਲ ਸਿੱਖ ਦੂਰ ਬੈਠਾ ਅਰਦਾਸ ਕਰੇ, ਉੱਥੇ ਪਹੁੰਚ ਜਾਂਦੇ ਸੀ ਸੱਚੇ ਪਾਤਸ਼ਾਹ। ਕਿਤੇ ਮਾਈ ਭਾਗ ਭਰੀ ਉਹ ਕਸ਼ਮੀਰ ਦੀ ਧਰਤੀ 'ਤੇ ਹਜ਼ਾਰ ਮੀਲ ਤੋਂ ਵੱਧ ਕੇ ਪੈਂਡਾ ਅਤੇ ਖੱਦਰ ਦਾ ਚੋਲਾ ਲੈਣ ਲਈ ਉੱਥੇ ਚਲੇ ਗਏ ਛੇਵੇਂ ਪਾਤਸ਼ਾਹ, ਮਾਈ ਭਾਗ ਭਰੀ ਦੀ ਸ਼ਰਧਾ ਪੂਰੀ ਕਰਨ ਵਾਸਤੇ। ਕਿਤੇ ਯੂਪੀ ਦੇ ਵਿੱਚ ਨਾਨਕ ਮਤੇ ਸੰਤ ਬਾਬੇ ਅਲਮਸਤ ਦੀ ਅਰਦਾਸ ਸੁਣ ਕੇ ਸਾੜੇ ਹੋਏ ਪਿੱਪਲ ਨੂੰ ਹਰਾ ਜਾਗ ਕੀਤਾ, ਇਹ ਕੌਣ ਕਰ ਸਕਦਾ? ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ, ਤੁਹਾਡੇ ਵਰਗਾ ਦਾਤਾ ਕਿੱਥੋਂ ਲੱਭੇਗਾ? ਇਸਤਰੀਆਂ ਵੀ ਰੋ ਰਹੀਆਂ ਸਨ, ਬੀਬੀਆਂ ਬੈਰਾਗ ਕਰ ਰਹੀਆਂ ਸਨ। ਇਹ ਮੇਰੇ ਪਾਤਸ਼ਾਹ, ਕੌਣ ਇਹੋ ਜਿਹਾ ਸ਼ਕਤੀਸ਼ਾਲੀ ਹੋਵੇਗਾ ਜਿਹਨੇ ਲੱਖਾਂ ਵੈਰੀਆਂ ਨੂੰ ਮਾਰ ਕੇ ਆਪਣੇ ਦੇਸ਼ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਰੱਖ ਲਈ ਹੋਵੇ? ਜਿਹੜੇ ਜ਼ਾਲਮ ਗਰੀਬਾਂ ਦੀਆਂ ਧੀਆਂ ਭੈਣਾਂ ਚੁੱਕ ਕੇ ਲਿਜਾਂਦੇ ਸੀ, ਉਹਨਾਂ ਦੀ ਨੱਕ 'ਚ ਦਮ ਕਰਤਾ ਛੇਵੇਂ ਪਾਤਸ਼ਾਹ ਨੇ। ਉਹ ਚੁੱਕਣ ਜੋਗੇ ਤਾਂ ਕੀ, ਵੇਖਣ ਜੋਗੇ ਵੀ ਨਹੀਂ ਰਹੇ। ਐਡਾ ਬਲੀ ਕੌਣ ਹੋਵੇਗਾ ਜਿਹੜਾ ਹਿੰਦੁਸਤਾਨ ਦੀ ਇੱਜ਼ਤ ਦਾ ਰਾਖਾ ਬਣੇਗਾ? ਆਪਣੇ ਪਰਿਵਾਰ ਨੂੰ, ਆਪਣੀਆਂ ਸੰਗਤਾਂ ਨੂੰ, ਦੇਸ਼ ਨੂੰ ਸੌਖਾ ਕਰ ਦਿੱਤਾ ਹੈ ਬੜੇ ਬਲੀ ਬੜੇ ਯੋਧੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਹੋਏ ਨੇ। ਮੀਰੀਆਂ ਔਰ ਪੀਰੀਆਂ ਦੇ ਮਾਲਕ, ਮੀਰੀ ਵੀ ਸਾਂਭੀ ਤੇ ਪੀਰੀ ਵੀ ਸਾਂਭੀ। ਹਾਂਜੀ, ਇੱਕ ਦੇਸ਼ ਸੰਗਤ ਪ੍ਰੇਮ ਵਿਸਾਲਾ, ਇੱਕ ਪਾਸੇ ਸੰਗਤਾਂ ਖੜੀਆਂ ਪ੍ਰੇਮ ਵਿੱਚ ਹੱਥ ਜੋੜ ਕੇ ਰੋ ਰਹੀਆਂ ਸਨ। ਰੋਦਤ ਹੈ ਪਿਖ ਚਿਖ ਸਿੱਖ ਜਾਲਾ, ਪਾਤਸ਼ਾਹ ਦੀਆਂ ਬਲਦੀ ਚਿਤਾ ਦੀਆਂ ਲਾਟਾਂ ਵੇਖ ਕੇ ਸਿੱਖਾਂ ਦੇ ਹਿਰਦੇ ਮੱਚ ਰਹੇ ਸਨ। ਦਾਸੀ ਦਾਸ ਸੰਭੂਹ ਬਿਰਲਾਪੂ, ਦਾਸੀਆਂ ਦਾਸ ਸਭ ਰੋ ਰਹੇ ਸਨ, ਗੁਰੂ ਘਰ ਦੇ ਸੇਵਾਦਾਰ ਵੀ ਰੋ ਰਹੇ ਸਨ। ਆਪੂ ਨਾਮ ਜਲ ਦਾ ਅੱਖਾਂ ਵਿੱਚੋਂ ਹੰਝੂ ਵਗਦੇ ਸਨ। ਜਨ ਕਰਨਾ ਰਸ ਛਾਇਓ ਡੇਰਾ, ਆਹ ਭਾਈ ਸਾਹਿਬ ਜੀ ਲਿਖਦੇ ਹੈ, ਪਤਾਲਪੁਰੀ ਕੀਰਤਪੁਰ ਸਾਹਿਬ ਮੀਲਾਂ ਦੇ ਵਿੱਚ ਸੰਗਤਾਂ ਸਨ,
ਅੱਖਾਂ ਸਭ ਦੀਆਂ ਭਰੀਆਂ ਹੋਈਆਂ ਜਲ ਦੇ ਨਾਲ, ਅਤੇ ਮਨ ਉਹ ਕਰੁਣਾ ਰਸ ਨੇ ਨਾ, ਜਿਹੜਾ ਕਰੁਣਾ ਰਸ ਹੈ ਉਹਨੇ ਕੀਰਤਪੁਰ 'ਚ ਡੇਰਾ ਲਾ ਲਿਆ ਸੀ। ਸਤਿਗੁਰੂ ਬ੍ਰਿਹ ਤੇ ਕਸ਼ਟ ਵਡੇਰਾ, ਗੁਰੂ ਹਰਗੋਬਿੰਦ ਸਾਹਿਬ ਦੇ ਵਿਛੋੜੇ ਕਰਕੇ ਸਿੱਖਾਂ ਦੇ ਹਿਰਦੇ ਬੜੇ ਕਸ਼ਟ ਵਿੱਚ ਸਨ, ਦੁੱਖ ਵਿੱਚ ਸਨ। ਭਾਨਾ ਸਾਹਿਬ ਸਭ ਸਮਝਾਏ, ਉਸ ਵੇਲੇ ਬਾਬਾ ਬੁੱਢਾ ਜੀ ਦੇ ਪੁੱਤਰ ਉੱਠੇ, ਭਾਈ ਭਾਨਾ ਜੀ ਬਜ਼ੁਰਗ ਸਨ ਉਹ ਵੀ, ਉਹਨਾਂ ਨੇ ਸਾਰੀ ਸੰਗਤ ਨੂੰ ਸਮਝਾਇਆ। ਕਿਮ ਨਾਹਕ ਤਮ ਸ਼ੋਕ ਉਪਾਏ, ਸਾਧ ਸੰਗਤ ਜੀ ਕਿਉਂ ਰੋ ਰਹੇ ਹੋ, ਕਿਉਂ ਬਹਿਰਾਗ ਕਰਦੇ ਹੋ, ਤੁਹਾਨੂੰ ਪਤਾ ਨਹੀਂ ਸਤਿਗੁਰਾਂ ਦਾ ਹੁਕਮ ਹੈ ਕੋਈ ਸਾਡੇ ਪਿੱਛੋਂ ਰੋਵੇ ਨਾ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਜੇ ਸੱਚੇ ਪਾਤਸ਼ਾਹ ਦਾ ਹੁਕਮ ਮੰਨੋਗੇ ਤੇ ਗੁਰੂ ਦੀਆਂ ਖੁਸ਼ੀਆਂ ਲਓਗੇ। ਦੀਨ ਬੰਧ ਸ਼੍ਰੀ ਹਰਗੋਬਿੰਦ, ਗੁਰੂ ਹਰਗੋਬਿੰਦ ਸਾਹਿਬ ਦੀਨਾ ਬੰਧੂ ਹਨ, ਉਹ ਤੁਹਾਡੇ ਤੋਂ ਕਿਤੇ ਦੂਰ ਨਹੀਂ ਗਏ, ਸਰੀਰ ਕਰਕੇ ਨਹੀਂ ਦਰਸ਼ਨ ਹੋਣਗੇ ਪਰ ਜੋਤ ਤਾਂ ਸਦਾ ਹੀ ਗੁਰੂ ਦੀ ਪ੍ਰਕਾਸ਼ ਰਹੇਗੀ। ਜਿੱਥੇ ਕੋਈ ਅਰਦਾਸ ਕਰੇਗਾ ਉੱਥੇ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਅੰਗ ਸੰਗ ਸਹਾਈ ਹੋਣਗੇ। ਵੱਡੀਆਂ ਸ਼ਕਤੀਆਂ ਦੇ ਮਾਲਕ, ਵੱਡੀਆਂ ਤਾਕਤਾਂ ਦੇ ਮਾਲਕ ਸਦਾ ਹੀ ਜਿਉਂਦੇ ਹਨ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੈ ਮਨ ਮਾਹੇ। ਨਾ ਉਹ ਮਰਦੇ ਨੇ ਨਾ ਉਹ ਕਿਤੇ ਜਾਂਦੇ ਨੇ, ਉਹ ਤਾਂ ਰਾਮ ਦਾ ਹੀ ਰੂਪ ਹੁੰਦੇ ਨੇ, ਉਹਨਾਂ ਨੂੰ ਨਹੀਂ ਰੋਣਾ ਚਾਹੀਦਾ। ਕਬੀਰ ਸੰਤ ਮੂਹੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਬਾਪਰੇ, ਜੋ ਹਟ ਹੈ ਹਟ ਬਿਕਾਏ। ਜੋ ਸਿਮਰੈ ਉਰ ਸ਼ਰਧਾ ਧਰੈ, ਜਿਹੜਾ ਉਹਨਾਂ ਨੂੰ ਯਾਦ ਕਰੇਗਾ, ਜਿਹੜਾ ਗੁਰੂ ਹਰਗੋਬਿੰਦ ਸਾਹਿਬ 'ਤੇ ਸ਼ਰਧਾ ਰੱਖੇਗਾ, ਲੱਖਾਂ ਸਾਲ ਬਾਅਦ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਜੋਤ ਉਹਦੀ ਸਹਾਇਤਾ ਕਰੇਗੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਤੱਖ ਹੋ ਕੇ ਵੀ ਦਰਸ਼ਨ ਦੇ ਦੇਣਗੇ, ਜਿਨ੍ਹਾਂ ਦੀ ਅੱਖ ਹੁੰਦੀ ਹੈ ਸਾਧ ਸੰਗਤ ਜੋ ਦਰਸ਼ਨ ਹੁੰਦੇ ਹੈ। ਮਹਾਰਾਜ ਛੇਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਅਰਦਾਸ ਕਰੋ, ਹਾਜ਼ਰ ਹੋ ਕੇ ਦਰਸ਼ਨ ਦਿੰਦੇ ਹਨ। ਜੋ ਜੱਚ ਹੈ ਤਿਸ ਦੇ ਵਨਹਾਰੇ, ਜੋ ਮੰਗੇਗਾ ਕੋਈ ਸਿੱਖ ਉਹਨੂੰ ਦੇਣਗੇ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾਂ ਊਹਾਂ ਸੱਚ ਹੋਵੇ। ਭਾਈ ਭਾਨਾ ਜੀ ਕਹਿੰਦੇ ਜਿਹੜਾ ਦਾਤਾ ਸਦਾ ਹੀ ਹਾਜ਼ਰ ਨਾਜ਼ਰ ਹੈ ਉਹਨੂੰ ਯਾਦ ਕਰਕੇ ਨਾ ਰੋਵੋ। ਤੁਸੀਂ ਕਾਹਦਾ ਸ਼ੋਕ ਮਨਾਉਂਦੇ ਹੋ, ਉਹਨਾਂ ਦਾ ਸ਼ੋਕ ਨਾ ਮਨਾਓ। ਇਸ ਕਰਕੇ ਸਾਰੀ ਸੰਗਤ ਤੇ ਸਾਰਾ ਪਰਿਵਾਰ, ਏਦਾਂ ਭਾਈ ਸ਼ੋਕ ਨਾ ਕਰੋ, ਚੁੱਪ ਕਰ ਜਾਓ, ਰੋਵੋ ਨਾ। ਅਪਰ ਲੋਕ ਜਗ ਹੋਏ ਕੇ ਜੈਸੇ, ਹਾਂ ਜਿਵੇਂ ਤੁਸੀਂ ਹੋਰ ਲੋਕਾਂ ਨੂੰ ਰੋਂਦੇ ਹੋ, ਸਤਿਗੁਰ ਨਹੀਂ ਜਾਣੀ, ਓਦਾਂ ਸਤਿਗੁਰਾਂ ਨੂੰ ਨਾ ਰੋਵੋ। ਸਤਿਗੁਰੂ ਤਾਂ ਸਦਾ ਹੀ ਹਨ, ਰੋਈ ਦਾ ਰੋਵੋ ਸਾਖਤ ਬਾਪਰੇ, ਸੰਸਾਰੀ ਲੋਕ ਮਰ ਗਏ ਉਹਨਾਂ ਰੋਵੋ। ਗੁਰੂ ਸਾਹਿਬ ਤਾਂ ਸਦਾ ਹੀ ਹਾਜ਼ਰ ਨਾਜ਼ਰ ਹਨ, ਉਹਨਾਂ ਨੂੰ ਕਦੀ ਨਹੀਂ ਰੋਣਾ ਚਾਹੀਦਾ। ਏਦਾਂ ਭਾਈ ਭਾਨਾ ਜੀ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਰੋਣ ਤੋਂ ਹਟਾ ਦਿੱਤਾ। ਸ਼੍ਰੀ ਹਰਿ ਰਾਏ ਸੋ ਪ੍ਰਥਮ ਉਠਾਏ, ਫਿਰ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੂੰ ਕਿਹਾ, ਜੀ ਤੁਸੀਂ ਉੱਠੋ। ਸੂਰਜ ਮਲ ਸ਼੍ਰੀ ਤੇਗ ਬਹਾਦਰ, ਤੇ ਗੁਰੂ ਹਰਿਰਾਏ ਸਾਹਿਬ ਜੀ, ਬਾਬਾ ਸੂਰਜ ਮਲ ਜੀ ਅਤੇ ਸ੍ਰੀ ਤੇਗ ਬਹਾਦਰ ਜੀ ਉੱਠੇ ਹਨ। ਇਹਨਾਂ ਸਾਰਿਆਂ ਨੂੰ, ਗੁਰੂ ਦੇ ਪੁੱਤਰਾਂ ਨੂੰ ਬਾਬਾ ਭਾਨਾ ਜੀ ਨੇ ਕਿਹਾ ਉੱਠਣ ਵਾਸਤੇ, ਗੁਰੂ ਹਰਿਰਾਏ ਸਾਹਿਬ ਜੀ ਨੂੰ, ਬਾਬਾ ਸੂਰਜਮਲ ਜੀ ਤੇ ਗੁਰੂ ਤੇਗ ਬਹਾਦਰ ਜੀ ਨੂੰ, ਹਿਤ ਸ਼ਨਾਨ ਸਗਰੇ ਤਬ ਚਾਲੇ, ਚਲੋ ਉੱਠ ਕੇ ਇਸ਼ਨਾਨ ਕਰੀਏ, ਬਾਣੀ ਪੜ੍ਹੀਏ। ਤੇ ਦਰਿਆ ਦੇ ਉੱਤੇ ਨਾਲ ਹੀ ਉੱਥੇ ਜਲ ਵਗਦਾ, ਜਿੱਥੇ ਅੱਜ ਕੱਲ੍ਹ ਸਾਧ ਸੰਗਤ ਜੀ ਆਪਾਂ ਜਾ ਕੇ ਨਾ ਸਿੰਘਾਂ ਦੇ, ਬਜ਼ੁਰਗਾਂ ਦੇ, ਬੀਬੀਆਂ ਭੈਣਾਂ ਜੋ ਕੁਛ ਚਲਾਣੇ ਪੁਰਾਣੀ ਚੜ੍ਹਾਈ ਕਰਦੇ, ਉਹਦੇ ਫੁੱਲ ਧਾਰਦੇ, ਅੰਗੀਠਾ ਧਾਰਦੇ,
ਉਹ ਨਾਲ ਹੀ ਵਗਦਾ ਦਰਿਆ, ਉੱਥੇ ਜਾ ਕੇ ਫਿਰ ਗੁਰੂ ਹਰਿਰਾਏ ਸਾਹਿਬ ਜੀ, ਭਾਈ ਭਾਨਾ ਜੀ, ਭਾਈ ਜੋਧ ਸ਼ਾਹ ਜੀ, ਗੁਰੂ ਸਾਹਿਬ ਦੇ ਪੁੱਤਰਾਂ ਨੇ, ਗੁਰੂ ਹਰਿਰਾਏ ਸਾਹਿਬ ਸਾਰਿਆਂ ਨੇ ਸੰਸਕਾਰ ਕੀਤਾ, ਇਸ਼ਨਾਨ ਕੀਤਾ ਹੈ। ਸਾਰੇ ਆਪਸ ਵਿੱਚ ਇੱਕ ਦੂਜੇ ਨੂੰ ਧੀਰਜ ਦਿੰਦੇ ਹਨ, ਔਰ ਇਸ਼ਨਾਨ ਕਰਕੇ ਫਿਰ ਉੱਥੇ ਸੱਤਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੀਵਾਨ ਲਾਇਆ ਹੈ। ਸਤਿਗੁਰ ਸ਼ਬਦ ਕੀਨ ਸਭ ਗਾਣ, ਫਿਰ ਕੀਰਤਨ ਸ਼ੁਰੂ ਹੋ ਗਿਆ, ਕਿਉਂਕਿ ਗੁਰੂ ਘਰ ਚ ਬਾਣੀ ਦਾ ਹੀ ਪ੍ਰਵਾਹ ਚੱਲਦਾ, ਕੀਰਤਨ ਹੋਇਆ, ਪੰਚਾਮ੍ਰਿਤ ਅਰਦਾਸ ਅਲਾਏ, ਕੜਾ ਪ੍ਰਸ਼ਾਦ ਦੀ ਦੇਗ ਮੰਗਾਈ ਗਈ ਤੇ ਆਨੰਦ ਸਾਹਿਬ ਪੜ੍ਹ ਕੇ ਕੜਾ ਪ੍ਰਸ਼ਾਦ ਨੂੰ ਭੋਗ ਲਾ ਕੇ ਵਰਤਾਇਆ ਗਿਆ। ਸਭ ਸੰਗਤ ਮਹਿਸੋ ਵਰਤਾਏ, ਸਾਰੀਆਂ ਸੰਗਤਾਂ, ਹਜ਼ਾਰਾਂ ਲੱਖਾਂ ਸੰਗਤਾਂ ਸਨ, ਸਭ ਨੂੰ ਖੁੱਲੇ ਕੜਾਹ ਪ੍ਰਸ਼ਾਦ ਦੇ ਗੱਫੇ ਵਰਤਾਏ ਗਏ। ਸਭਾ ਸਤਲ ਮਹਿ ਪੁਨ ਚਲ ਆਏ, ਫਿਰ ਉੱਥੋਂ ਪਤਾਲਪੁਰੀ ਤੋਂ ਚੱਲ ਕੇ ਜਿੱਥੇ ਗੁਰੂ ਕੀ ਸਭਾ ਲੱਗਦੀ, ਦੀਵਾਨ ਲੱਗਦਾ, ਤਖ਼ਤ ਸਾਹਿਬ ਕੋਟਗੜ੍ਹ ਕੋਟ ਸਾਹਿਬ, ਉੱਥੇ ਆ ਗਏ, ਬੈਠ ਬੈਠ ਨਿਜ ਥਾਨ ਸਿਧਾਏ, ਉੱਥੇ ਸਭ ਕੁਝ ਸਮਾਂ ਬੈਠ ਕੇ ਫਿਰ ਆਪਣੇ ਆਪਣੇ ਘਰਾਂ ਨੂੰ, ਰਾਤ ਵੇਲੇ ਘਰਾਂ ਨੂੰ ਚਲੇ ਗਏ ਸਿੱਖ। ਸੰਮਤ ਬਿਕਰਮ ਨਿਰਪ ਕੋ ਕਹੀਐ, ਸਾਧ ਸੰਗਤ ਜੀ ਜੋਤੀ ਜੋ ਸਮਾਏ, ਮਹਾਰਾਜ ਜੀ ਬਿਕਰਮੀ ਸੰਮਤ, ਸੋਲਹ ਸਹਸ ਚੇਤ ਸੁਧ ਲਹੀਐ, 1700 ਬਿਕਰਮੀ ਸੰਮਤ ਸੀਗਾ, ਚੇਤਰ ਸੁਧੀ ਦਾ ਸਮਾਂ ਸੀਗਾ, ਚੇਤਰ ਦੇ ਮਹੀਨੇ ਵਿੱਚ 1700 ਬਿਕਰਮੀ ਈਸਵੀ ਬਣਦਾ 1644 ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਵਾਜ ਜੀ ਨੇ ਇਹ ਸੰਸਾਰ ਤੋਂ ਪਰਦਾ ਕੀਤਾ ਹੈ। ਹਾਂਜੀ, ਪੰਚਮ ਸਵਾ ਚਾਮ ਦਿਨ ਚੜੇ, ਔਰ ਚੇਤਰ ਸੁਦੀ ਪੰਚਮੀ ਦਾ ਸਵਾ ਪੈਰ ਦਿਨ ਚੜਿਆ, ਜਦੋਂ ਮਹਾਰਾਜ ਦਾ ਸੰਸਕਾਰ ਹੋਇਆ ਹੈ, ਉੱਥੇ ਗੁਰਦੁਆਰਾ ਪਤਾਲਪੁਰੀ ਸਾਹਿਬ ਸੰਸਕਾਰ ਹੋਇਆ ਹੈ। ਜੇ ਸਿੱਖ ਮੁਖ ਸਭ ਬਿਨ ਸਮਝਾਵੇ, ਹਾਂ, ਜਿਹੜੇ ਗੁਰੂ ਕੇ ਮੁਖੀ ਸਿੱਖ ਸਨ ਉਹ ਸੰਗਤਾਂ ਨੂੰ ਸਮਝਾ ਰਹੇ ਸਨ, ਕਹਿ ਬਹੁ ਭਾਂਤਨ ਸ਼ੋਕ ਮਿਟਾਵੇ, ਭਾਈ ਰੋਣਾ ਨਹੀਂ, ਕੀਰਤਨ ਕਰੋ, ਬਾਣੀ ਪੜੋ, ਵਾਹਿਗੁਰੂ ਵਾਹਿਗੁਰੂ ਜਪੋ, ਕਿਰਿਆ ਰੀਤ ਸੂਰਜ ਮਲ ਸਾਰੀ। ਬਾਬਾ ਸੂਰਜ ਮਲ ਜੀ ਨੇ ਆਪਣੇ ਪਿਤਾ ਜੀ ਦੇ ਨਿਮਿਤ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਵਾਏ, ਕਰਤ ਭਇਓ ਬਿਦ ਜਥਾ ਉਚਾਰੀ, ਜੋ ਵਿਧੀ ਪੂਰਵਕ ਗੁਰੂ ਘਰ ਦੀ ਮਰਿਆਦਾ, ਬਾਬਾ ਸੂਰਜ ਮਲ ਜੀ ਵੱਡੇ ਜੋ ਸਨ, ਜ਼ਿੰਮੇਵਾਰ ਸਨ, ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਜਪਣ ਦੇ ਵਿੱਚ ਆਪਣੇ ਰੰਗ ਵਿੱਚ ਮਸਤ ਰਹਿੰਦੇ ਸਨ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਗੱਦੀ 'ਤੇ ਬੈਠੇ ਸਨ, ਉਮਰ 14 ਸਾਲ ਦੀ ਸੀ, ਸਾਰੀ ਗੁਰੂ ਘਰ ਦੀ ਜਿਹੜੀ ਵੱਡੀ ਜ਼ਿੰਮੇਵਾਰੀ ਸੀ ਉਹ ਬਾਬਾ ਸੂਰਜ ਮੱਲ ਜੀ ਕਰਦੇ ਸਨ। ਹਾਂਜੀ, ਫਿਰ ਜਿਹੜੀ ਕਿਰਿਆ ਸੀ, ਸਤਿਗੁਰਾਂ ਦਾ ਅੰਗੀਠਾ ਸਾਂਭਿਆ ਗਿਆ, ਜਦੋਂ 13 ਦਿਨ ਬੀਤੇ, ਭੋਜਨ ਅਨੇਕ ਪ੍ਰਕਾਰ ਕਰਾਏ, ਅਨੇਕਾਂ ਪ੍ਰਕਾਰ ਦੇ ਭੋਜਨ ਲੰਗਰ ਕਰਾਏ, ਕਈ ਹਜ਼ਾਰਾਂ ਕੇ ਤ੍ਰਿਪਤਾਏ, ਔਰ ਹਜ਼ਾਰਾਂ ਸੰਗਤਾਂ ਨੂੰ ਛਕਾਏ, ਸਤਿਗੁਰ ਹੇਤ ਦਾਨ ਬਹੁ ਕੀਨੇ, ਗੁਰੂ ਵਾਸਤੇ ਦਾਨ ਪੁੰਨ ਕੀਤਾ, ਸਹਿਜਾ ਬਸਤਰ ਸ਼ਸਤਰ ਕੋ ਦੀਨੇ, ਬਸਤਰ ਸ਼ਸਤਰ ਜਿਹੋ ਜਿਹੇ ਕਿਸੇ ਨੂੰ ਮਹਾਰਾਜ ਦੇ, ਕਿਉਂਕਿ ਸ਼ਸਤਰ ਵੀ ਪਹਿਨਦੇ ਸਨ ਮਹਾਰਾਜ, ਉਹਨਾਂ ਦੇ ਨਿਮਿਤ ਫੌਜਾਂ ਨੂੰ ਸ਼ਸਤਰ ਵੰਡੇ ਗਏ, ਬਸਤਰ ਸਿੱਖਾਂ ਨੂੰ ਦਿੱਤੇ ਗਏ। ਇਸ ਤਰ੍ਹਾਂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿਮਿਤ ਸਮਾਗਮ ਕੀਤਾ, ਬਹੁਮੋਲੇ ਗਨ ਦੇਹ ਤੁਰੰਗ, ਬੜੇ ਕੀਮਤੀ ਘੋੜੇ ਜੋਧਾ ਫੌਜਾਂ ਨੂੰ ਦਿੱਤੇ ਗੁਰੂ ਸਾਹਿਬ ਦੇ ਵਾਸਤੇ। ਸਾਧ ਸੰਗਤ ਜੀ, ਮਰਯਾਦਾ ਹੈ, ਗੁਰੂ ਸਾਹਿਬਾਂ ਦੇ ਨਿਮਿਤ ਗੁਰੂ ਦੀਆਂ ਫੌਜਾਂ ਨੂੰ ਘੋੜੇ ਅਰਦਾਸ ਕਰਾਉਣੇ ਔਰ ਸ਼ਸਤਰ ਅਰਦਾਸ ਕਰਾਉਣੇ, ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ, ਉੱਦਾਂ ਹੀ ਖਾਲਸੇ ਵਿੱਚ ਵਰਤਣਾ। ਇਹ ਜਿਹੜੇ ਪੁਰਾਤਨ ਗੁਰਸਿੱਖ ਹਨ ਉਹ ਤਾਂ ਇਸ ਗੱਲ ਨੂੰ ਸਮਝਦੇ, ਪਰ ਅੱਜ ਕੱਲ੍ਹ ਸਾਰੇ ਹੀ ਸਾਧ ਸੰਗਤ ਜੀ ਆਪਾਂ ਅੰਗਰੇਜ਼ ਬਣ ਗਏ ਹਾਂ, ਕੋਈ ਪੁਰਾਤਨ ਮਰਿਆਦਾ ਦੱਸਦਾ ਨਹੀਂ, ਕੋਈ ਸੁਣਦਾ ਨਹੀਂ, ਕੋਈ ਪਤਾ ਹੀ ਨਹੀਂ। ਇੱਥੇ ਜ਼ਿਕਰ ਆ ਰਿਹਾ
ਗੁਰੂ ਹਰਗੋਬਿੰਦ ਸਾਹਿਬ ਦੇ ਨਿਮਿਤ ਸ਼ਸਤਰ ਤੇ ਘੋੜੇ ਫੌਜਾਂ ਵਿੱਚ ਗੁਰੂ ਹਰਿਰਾਜ ਸਾਹਿਬ ਜੀ ਨੇ ਵੰਡੇ ਹਨ। ਅਲੰਕਾਰ ਸੁੰਦਰ ਸਰਬੰਗ, ਜਿੱਦਾਂ ਮਹਾਰਾਜ ਸੁੰਦਰ ਗਹਿਣੇ ਵੀ ਪਾਉਂਦੇ ਹੁੰਦੇ ਸਨ, ਉਦਾਂ ਗਹਿਣੇ ਵੀ ਵੰਡੇ। ਸੁੰਦਰ ਚਿਮ ਹਮੇਲਾਂ, ਜਿਹੜੀਆਂ ਗਲ 'ਚ ਕੰਠੇ ਚੈਨੀਆਂ ਪਾਉਂਦੇ ਨਾ, ਮੋਤੀਆਂ ਦੀਆਂ ਮਾਲਾ, ਇੱਦਾਂ ਮਹਾਰਾਜ ਬਾਦਸ਼ਾਹ ਸਨ ਗੁਰੂ ਹਰਗੋਬਿੰਦ ਸਾਹਿਬ ਜੀ। ਮਹਾਰਾਜ ਨੇ ਉਸੇ ਤਰ੍ਹਾਂ ਹੀ ਸਾਰਾ ਕੀਤਾ ਹੈ, ਜਥਾ ਯੋਗ ਸਭ ਕੁਛ ਕੀਤਾ ਹੈ। ਤੇ ਫਿਰ ਆਪਣੇ ਆਪਣੇ ਪਿੰਡਾਂ ਨਗਰਾਂ ਨੂੰ ਸਾਰੇ ਵਾਪਸ ਚਲੇ ਗਏ। ਭਾਈ ਜੋਧ ਸ਼ਾਹ ਜੀ ਕਾਂਗੜ ਦੀਨੇ ਕਾਂਗੜ ਨੂੰ, ਮਾਲਵੇ ਦੀ ਧਰਤੀ ਨੂੰ ਚਲਾ ਗਿਆ। ਭਾਈ ਰੂਪੇ ਨੂੰ ਵੀ ਆਪਣੇ ਨਾਲ ਲੈ ਗਿਆ। ਇਹ ਬੜੇ ਚਿਰਾਂ ਤੋਂ ਇਕੱਠੇ ਸਨ, ਜਿੱਥੇ ਕਿੱਥੋਂ ਆਏ ਸਨ ਸਭ ਆਪਣੇ ਆਪਣੇ ਇਲਾਕਿਆਂ ਨੂੰ ਪਰਤ ਗਏ। ਸ਼੍ਰੀ ਹਰਿ ਰਾਇ ਅਗਰ ਕਰ ਨਮੋ, ਗੁਰੂ ਹਰਿ ਰਾਇ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਸਭ ਆਗਿਆ ਲੈ ਕੇ ਗਏ। ਗੁਰੂ ਸਤਨ ਸੋ ਮਿਲਤ ਹੈ ਸਮੋ, ਬਾਬਾ ਸੂਰਜਮਾਲ ਤੇ ਬਾਬਾ ਤੇਗ ਬਹਾਦਰ ਜੀ ਨੂੰ ਮਿਲ ਕੇ ਗਏ। ਜਹ ਕਹਿ ਗਏ ਸਰਬ ਜੇ ਆਏ, ਜਿੱਥੋਂ ਜਿੱਥੋਂ ਆਏ ਸੀ ਵਾਪਸ ਚਲੇ ਗਏ। ਗੁਰ ਕੀਰਤ ਬਸ ਤੀਰਤ ਜਾਏ, ਗੁਰੂ ਸਾਹਿਬ ਦੀ ਨਗਰੀ ਕੀਰਤਪੁਰ ਸਾਹਿਬ ਤੋਂ ਜਾ ਕੇ ਗੁਰੂ ਦੀ ਕੀਰਤੀ ਦੂਜਿਆਂ ਨੂੰ ਸੁਣਾਉਂਦੇ ਹਨ। ਧੀਰਮਾਲ ਸੁਣ ਨਾਹਿਨ ਆਇਓ, ਬਾਬੇ ਧੀਰਮਾਲ ਨੂੰ ਪਤਾ ਤਾਂ ਲੱਗ ਗਿਆ ਕਰਤਾਰਪੁਰ, ਪਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਭੋਗ ਤੇ ਨਹੀਂ ਆਇਆ, ਨਹੀਂ ਆਇਆ ਧੀਰਮਾਲ ਦਾਦਾ ਜੀ ਦੇ ਭੋਗ ਤੇ। ਬਸ ਇੰਨਾ ਕੁ ਹੋਇਆ ਵੀ ਚਲੋ ਮੇਰੇ ਭਰਾ ਨੂੰ ਗੱਦੀ ਮਿਲ ਗਈ ਹੈ, ਇੰਨਾ ਕੁ ਕਰਕੇ ਚੁੱਪ ਕਰ ਗਿਆ। ਮਾਤਾ ਨਾਨਕੀ ਜੀ ਹੋਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਨੇ ਵਿਚਾਰ ਕੀਤੀ, ਜੋ ਮਹਾਰਾਜ ਛੇਵੇਂ ਪਾਤਸ਼ਾਹ ਨੇ ਵਰ ਦਿੱਤਾ ਸੀ ਉਹਨੂੰ ਯਾਦ ਕੀਤਾ। ਮੇਰੇ ਪੁੱਤਰ ਨੂੰ ਵੀ ਗੁਰਿਆਈ ਗੱਦੀ ਮਿਲਣੀ ਹੈ, ਤੋ ਉਹ ਸਮਾਂ ਆਵੇਗਾ, ਉਹਨਾਂ ਚਿਰ ਉਡੀਕ ਕਰੋ। ਇੱਥੇ ਸ਼ਰੀਕਾ ਵਧੇਗਾ, ਨਹੀਂ ਪਰਸਪਰ ਰੱਖਿਆ ਹੈ ਮੇਲਾ, ਆਪਸ ਪ੍ਰੇਮ ਨਹੀਂ ਰਵੇਗਾ, ਜਾਂ ਤੇ ਪ੍ਰਿਥਕ ਹੋਣ ਭਲ ਮਾਨਾ, ਇੱਥੋਂ ਵੱਖਰੇ ਹੋ ਜਾਈਏ, ਦੂਰ ਹੋ ਜਾਈਏ ਤਾਂ ਚੰਗਾ ਹੈ। ਗ੍ਰਾਮ ਬਕਾਲੇ ਬਸਨ ਸਥਾਨ, ਬਕਾਲੇ ਪਿੰਡ ਵਿੱਚ ਚਲੇ ਜਾਈ, ਛੇਵੇਂ ਪਾਤਸ਼ਾਹ ਦਾ ਹੁਕਮ ਸੀ ਉੱਥੇ ਜਾ ਕੇ ਰਹਿਣਾ, ਮਾਤਾ ਗੰਗਾ ਜੀ ਦੇ ਸਥਾਨ ਤੇ। ਗੁਰ ਕੀ ਭੀ ਆਏ ਸਤਿ ਬਹੁ, ਇਹ ਗੁਰੂ ਸਾਹਿਬ ਦੀ ਵੀ ਆਗਿਆ ਹੋਈ ਛੇਵੇਂ ਪਾਤਸ਼ਾਹ ਜੀ ਦੀ, ਕਰਿਓ ਚਹਤ ਆਪਣੇ ਚਿਤ ਸੋਈ, ਮਾਤਾ ਨਾਨਕੀ ਜੀ ਉਹ ਮੰਨਣਾ ਚਾਹੁੰਦੇ ਹਨ। ਸਕਲ ਸਮਾਜ ਸੰਭਾਰਨ ਕਰੇ, ਸਤਿਗੁਰਾਂ ਦਾ ਹੁਕਮ ਮੰਨ ਕੇ ਮਾਤਾ ਨਾਨਕੀ ਨੇ ਆਪਣੇ ਘਰ ਦਾ ਸਮਾਨ ਗੱਡੇ ਤੇ ਲੱਦਿਆ ਹੈ। ਸਦਨ ਬਿਖੈ ਜੇ ਤਕ ਥੋਰ, ਜਿੰਨਾ ਘਰ ਦਾ ਸਮਾਨ ਸੀ ਗੱਡਿਆਂ ਰੇੜਿਆਂ ਟਾਂਗਿਆਂ ਤੇ ਲੱਦ ਕੇ, ਮੇਰੇ ਸਭ ਸੋ ਬਹੁਤ ਹੋਏ ਦੁਖਾਰੀ, ਆਪਣੇ ਪਰਿਵਾਰ ਦੇ ਜੀਆਂ ਨੂੰ ਮਿਲ ਕੇ, ਸਾਰੇ ਇੱਕ ਦੂਜੇ ਨੂੰ ਪਿਆਰ ਤਾਂ ਹੈ ਹੀ ਸੀ, ਪਰਿਵਾਰ ਤਾਂ ਇਕੱਠਾ ਹੀ ਸੀ, ਪਰ ਇਹ ਪਰਿਵਾਰ ਇਕੱਠੇ ਰਹਿੰਦੇ ਨਹੀਂ ਹੁੰਦੇ, ਸੰਸਾਰ ਦੀ ਰੀਤ ਹੈ। ਸਾਰੀਆਂ ਨੂੰ ਮਿਲ ਕੇ ਆਪਣੀਆਂ ਨੂੰਹਾਂ ਨੂੰ, ਆਪਣੇ ਪਰਿਵਾਰ ਨੂੰ, ਹੁਣ ਇਕਾਕੀ ਰਦਾ ਵਿਚਾਰੀ, ਮਾਤਾ ਨਾਨਕੀ ਕੱਲੀ ਆਪਣੇ ਪੁੱਤਰ ਤੇਗ ਬਹਾਦਰ ਤੇ ਆਪਣੀ ਨੂੰਹ ਗੁਜਰੀ ਨੂੰ ਲੈ ਕੇ, ਸਤਿਗੁਰ ਲਿਓ ਆਪਣੇ ਸਾਥ, ਆਪਣੇ ਪੁੱਤਰ ਤੇਗ ਬਹਾਦਰ ਨੂੰ ਨਾਲ ਲੈ ਲਿਆ, ਸਿਮਰਨ ਕਰਕੇ ਜਗ ਗੁਰਨਾਥ, ਆਪਣੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੂੰ ਯਾਦ ਕਰਕੇ, ਰਹੇ ਹਟਾਏ ਨਾ ਮਾਨੀ ਕੋਲ, ਕਹਿੰਦੇ ਬਾਬਾ ਸੂਰਜਮਲ ਰੋਕਦਾ ਰਿਹਾ, ਗੁਰੂ ਹਰਿ ਰਾਇ ਸਾਹਿਬ ਵੀ ਕਹਿੰਦੇ ਰਹੇ ਮਾਤਾ ਜੀ ਤੁਸੀਂ ਨਾ ਜਾਓ, ਪਰ ਨਹੀਂ ਮਾਤਾ ਜੀ ਚਲੇ ਗਏ। ਤਿਆਰ ਕਰਾਈ ਸਿਆਂਦਨ ਜੋਏ, ਆਪਣੇ ਰੱਥ ਜੋੜ ਲਏ, ਸਕਟਨ ਪਰਸਾ ਮਿਗਰੀ ਧਰ ਕੇ, ਗੱਡਿਆਂ ਦੇ ਸਮਾਨ ਲੱਦ ਲਿਆ, ਨਿਕਸੀ ਘਰ ਤੇ ਦ੍ਰਿਗ ਜਲ ਭਰ ਕੇ, ਅੱਖਾਂ ਚੋਂ ਹੰਝੂ ਭਰ ਕੇ ਮਾਤਾ ਨਾਨਕੀ ਕੀਰਤਪੁਰ ਤੋਂ ਨਿਕਲੀ ਹੈ। ਸਤਿਗੁਰ ਚਪਲ ਤੁਰੰਗ ਚੜਾਏ, ਆਪਣੇ ਪੁੱਤਰ ਤੇਗ ਬਹਾਦਰ ਨੂੰ ਘੋੜੇ ਤੇ ਸਵਾਰ ਕਰਾ ਕੇ, ਕੀਰਤਪੁਰ ਸ਼ੋਰਨ ਮਨ ਭਾਏ, ਕੀਰਤਪੁਰ ਸਾਹਿਬ ਤੋਂ ਤੁਰ ਪਈ ਮਾਤਾ।
ਪਰੇ ਪੰਥ ਕੋ ਗਏ ਬਕਾਲੇ। ਉਹ ਬਾਬੇ ਬਕਾਲੇ ਜਾ ਪਹੁੰਚੀ ਹੈ, ਤਹਾਂ ਸਦਨ ਚਨ ਵਾਏ ਬਸਾਲੇ। ਉੱਥੇ ਆਪਣਾ ਘਰ ਜਾ ਬਣਾਇਆ ਤੇ ਉੱਥੇ ਰਹੇ ਨੇ ਫਿਰ ਸਾਰਾ ਸਮਾਂ, ਕਰਿਓ ਬਾਸ ਤਹ ਸਮੋ ਬਿਤਾਵਨ। ਉੱਥੇ ਸਮਾਂ ਬਤੀਤ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਭੋਰੇ ਚ ਬਹਿ ਕੇ ਤਪ ਕੀਤਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਪਾਵਨ। ਉਹ ਗੁਰੂ ਤੇਗ ਬਹਾਦਰ ਸਾਹਿਬ ਜਿੰਨਾ ਚਿਰ ਗੁਰੂ ਨਹੀਂ ਬਣੇ, ਪ੍ਰਗਟ ਨਹੀਂ ਹੋਏ, ਭਾਈ ਮੱਖਣ ਸ਼ਾਹ ਲਬਾਣੇ ਨੇ ਪ੍ਰਗਟ ਨਹੀਂ ਕੀਤੇ, ਉਹ ਉੱਥੇ ਹੀ ਰਹੇ ਹਨ। ਪੁੱਤਰ ਬਧੂ ਗੁਜਰੀ ਸੁਖ ਪਾਏ। ਔਰ ਆਪਣੀ ਨੂੰਹ ਮਾਤਾ ਗੁਜਰੀ ਨੂੰ ਵੀ ਨਾਲ ਲੈ ਗਈ ਮਾਤਾ ਨਾਨਕੀ। ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਨਾਨਕੀ ਜੀ ਤਿੰਨੇ ਹੀ ਉੱਥੇ ਬਕਾਲੇ 'ਚ ਰਹੇ ਹਨ। ਹਾਂਜੀ, ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਇਹ ਕਥਾ ਇੱਥੇ ਸਮਾਪਤ ਹੋਈ ਹੈ।